जनाब इन्हां दे गोलगप्पे नहीं मुक्के। जनाब होर गोलगप्पे मंगावा कि भर गया ढिड? एतरामा पुलिस दा ढिड भरना बहुत औखा भी बहुत औखा। जनाब बारे ते गल पहले ही बड़ी मशहूर आ। केड़ी? ਭਈ ਭੰਡਾਰੇ ਚੌਲ ਤਾਂ ਜਨਾਬ ਦੇ ਭਾਵੇਂ ਗੱਲ ਤੱਕ ਆਏ ਹੋਣ ਪਰ SHO ਸ਼ੇਰ ਸਿੰਘ ਨੇ ਘਰ ਜਾ ਕੇ ਇੱਕ ਵਾਰ ਫਿਰ ਚੌਲ ਖਾਣੇ ਹੀ ਖਾਣੇ ਆ। ਤੈਨੂੰ ਕਿਹਨੇ ਕਿਹਾ ਮੈਂ ਭੰਡਾਰੇ ਦੇ ਚੌਲ ਘਰ ਵੀ ਲੈ ਕੇ ਜਾਂਦਾ ਹੁੰਦਾ? ਚਵਲਾਂ ਗੁੱਝੀਆਂ ਰਹਿਣ ਦੋ। ਕੀ ਬਕਵਾਸ ਕਰ ਰਹੇ ਆ? ਕੁਛ ਨਹੀਂ ਜਨਾਬ, ਮੈਂ ਜਾ ਕੇ ਜਰਾ ਗੋਲਗੱਪੇ ਦਾ ਹਿਸਾਬ ਕਰਿਆ ਵਾਂ। ਹਿਸਾਬ ਕਰਨ ਨੂੰ ਗਾਹਾਂ ਤੂੰ ਇਹਨੂੰ ਗੂਗਲ ਪੇ ਕਰਨਾ? ਨਾਲੇ ਪੁਲਿਸ ਵਾਲੇ ਗੂਗਲ ਪੇ ਨਹੀਂ ਪੇਟੀਐਮ ਕਰਦੇ ਹੁੰਦੇ ਆ। ਸਮਝਾਉਂਦੀ ਆ ਉਹਨੂੰ ਕਿ ਪੁਲਿਸ ਦਾ ਪੇਟੀਐਮ ਕੀ ਹੁੰਦਾ। ਜੇ ਕੋਈ ਪੁਲਿਸ ਨੂੰ ਕਹੇ ਪੇ, ਅੱਗੋ ਪੁਲਿਸ ਵਾਲੇ ਉਹਨੂੰ ਕਹਿੰਦੇ ਆ TM। ਕੀ ਮਤਲਬ? ਤੇਰੀ ਮਾਨ, ਇਹਨੂੰ ਕਹਿੰਦੇ ਆ ਪੁਲਿਸ ਦਾ ਪੇਟੀਐਮ। ਜਨਾਬ ਆਪਣਾ ਸਿੱਧਾ ਹਿਸਾਬ ਆ, ਨਾ ਅਸੀਂ ਗੂਗਲ ਪੇ ਕਰੀਏ ਨਾ ਪੇਟੀਐਮ। ਜਾ ਕੇ ਕਹੀਦਾ ਕਾਪੀ ਚ ਲਿਖ ਲਾ, ਫਿਰ ਜਦੋਂ ਪੂਰੀ ਕਾਪੀ ਭਰ ਜਾਂਦੀ ਆ ਨਾ। ਅੱਛਾ, ਫੇਰ ਪੇ ਕਰਦਾ? ਨਹੀਂ ਜੀ, ਕਾਪੀ ਹੀ ਪਾੜ ਦੇ ਦੀ ਆ। ਓਏ ਕਮਲਿਆ, ਸਿਆਣੇ ਕਹਿੰਦੇ ਆ ਬੰਦੇ ਨੂੰ ਲਿਖਤ ਪੜਤ ਵਿੱਚ ਨਹੀਂ ਪੈਣਾ ਚਾਹੀਦਾ। ਹੁਣ ਤੂੰ ਦੇਖ ਲਾ, ਲੋਕ ਸਾਡੀਆਂ ਮਿੰਨਤਾਂ ਕਰ ਥੱਕ ਜਾਂਦੇ ਆ। ਮਜ਼ਾ ਲਾ ਅਸੀਂ ਕਦੇ FIR ਲਿਖ ਲਈਏ। ਜਨਾਬ ਤੁਸੀਂ ਅਫਸਰ ਆਦਮੀ ਹੋਏ, ਅਸੀਂ ਤਾਂ ਪਿਛਲੇ 14 ਸਾਲਾਂ ਤੋਂ ਹੌਲਦਾਰੀ ਕਰੀ ਜਾਂਦੇ ਆ। ਹੁਣ ਤਾਂ ਸਾਡਾ 14 ਸਾਲਾਂ ਦਾ ਬਨਵਾਸ ਵੀ ਕੱਟਿਆ ਗਿਆ, ਸਾਨੂੰ ਵੀ ਥਾਣੇਦਾਰ ਲਵਾ ਦਿਓ, ਛੋਟਾ ਹੀ ਸਹੀ। ਓਏ ਥਾਣੇਦਾਰ ਬਣਨ ਲਈ SSP ਦੀ ਧੀ ਨੂੰ ਹੱਥ ਪਾਉਣਾ ਪੈਂਦਾ। ਕੀ ਮਤਲਬ? ਮਤਲਬ ਉਹਦੀ ਕੁੜੀ ਨਾਲ ਵਿਆਹ ਕਰਾਉਣਾ ਪੈਂਦਾ। ਫਾਰ ਯੋਰ ਕਾਈਂਡ ਇਨਫੋਰਮੇਸ਼ਨ, SSP ਸਰਦਾਰ ਅਵਤਾਰ ਸਿੰਘ ਗਿੱਲ ਮੇਰੇ ਫਾਦਰ ਇਨ ਲਾਅ ਨੇ। ਪਰ ਜਨਾਬ ਉਹ ਤੁਹਾਡੇ ਸਹੁਰਾ ਸਾਹਿਬ ਕਿਵੇਂ ਹੋ ਸਕਦੇ ਆ? ਤੁਹਾਡੀ ਦਾੜੀ ਚਿੱਟੀ, ਉਹਨਾਂ ਦੀ ਕਾਲੀ। ਤੂੰ ਫਿਰ ਕਦੇ ਉਹਨਾਂ ਦੇ ਸਿਰ ਦੇ ਵਾਲ ਨਹੀਂ ਦੇਖੇ? ਜਮਾ ਹੀ ਹੈ ਨੀ। ਜੇ 5-4 ਕ ਹੈਗੇ ਆ, ਉਹ ਸਾਰੇ ਚਿੱਟੇ ਟੀਟ ਨੇ। ਓਏ ਕਮਲਿਆ, ਊ ਵੀ ਤਾਂ ਦਾੜੀ ਸਿਰ ਦੇ ਵਾਲਾਂ ਨਾਲੋਂ 20-22 ਸਾਲ ਛੋਟੀ ਹੁੰਦੀ ਆ। ਓ ਜਨਾਬ ਸ਼ਿਕਾਰ ਆ ਗਿਆ। ਕਿਹਦੀ ਜ਼ਰੂਰਤ ਆ ਵੀ ਜਿਹੜਾ SHO ਸ਼ੇਰ ਸਿੰਘ ਦੇ ਘੁਰਨੇ ਚ ਲੱਤ ਫਸਾ ਰਿਹਾ? ਜਨਾਬ ਲੱਤ ਨਹੀਂ, ਬੱਕਰਾ ਸਾਫ ਤਾਂ ਅੰਦਰ ਆ ਗਿਆ। ਬਹੁਤ ਚਿਰ ਹੋ ਗਿਆ ਵੀ ਬੱਕਰੇ ਦਾ ਚਾਰ ਖਾਧਿਆਂ ਨੂੰ। ਰੋਕ 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 ਓ ਰੋਕ ਰੋਕ ਤੈਨੂੰ ਮੈਂ ਕਿਹਾ ਰੋਕ, ਸੁਣਦੇ ਨੀ ਤੈਨੂੰ? ਦੱਬੀ ਤੁਰੀ ਜਾਂਦਾ, ਮੈਂ ਕੰਨ ਤੇ ਮਾਰਨੀ ਇੱਕ। ਪਿੱਛੇ ਆਡੇ ਨੇ ਤੇਰੇ ਕੋਲੋਂ ਸੂਤ ਨਹੀਂ ਆਉਣਾ। ਕਾਕਾ ਤੂੰ ਪਹਿਲਾਂ ਆਪਣੀ ਨਿਗਾਹ ਚੈੱਕ ਕਰਾ। ਕਿਉਂ ਜਨਾਬ? ਸਾਲਿਆ ਸੂਰ ਨੂੰ ਬੱਕਰਾ ਹੀ ਦੱਸੀ ਜਾਂਦਾ। ਕਿੱਧਰ ਮੂੰਹ ਚੱਕਿਆ ਉਹ? ਚੜ੍ਹਦੇ ਵੱਲ ਨੂੰ। ਤੇਰੀ ਤਾਂ ਮੈਂ ਕਰਾਉਣਾ ਚੜ੍ਹਾਈ। ਬਾਹਰ ਨਿਕਲ, ਬਾਹਰ ਨਿਕਲ। ਜਨਾਬ ਮੈਨੂੰ ਤਾਂ ਅੱਗੇ 3 ਬੰਦਿਆਂ ਨੇ ਮਸੀਂ ਅੰਦਰ ਵੜਿਆ, ਹੁਣ ਕੱਢਣ ਲਈ ਘੱਟੋ ਘੱਟ 2 ਬੰਦੇ ਤਾਂ ਬੁਲਾਓ। ਮੈਂ 4 ਬੰਦੇ ਨਾਲ ਬੁਲਾਣਾ ਤੈਨੂੰ ਮੋਢਿਆਂ ਦੇ ਚੱਕਣ ਲਈ। ਨਿਕਲ ਬਾਹਰ। ਐਂ ਦੱਸ, ਸੀਟ ਬੈਲਟ ਕਿਉਂ ਨਹੀਂ ਲਾਈ? ਬੈਲਟ ਤਾਂ ਜਨਾਬ ਮੈਂ ਕਦੀ ਪੈਂਟ ਨੂੰ ਵੀ ਨਹੀਂ ਲਾਈ। ਪੁਲਿਸ ਨੂੰ ਟੀਚਰ ਬੈਲਟ ਕਰਨੀ ਕੀ ਹੈ ਜਦ ਏਅਰਬੈਗ ਹੈਗਾ? ਸਾਲਿਆ ਤੇਰੀ ਮਾਂ ਆਲਟੋ ਦੇ ਵਿੱਚ ਏਅਰਬੈਗ ਤਾਂ ਆਉਂਦਾ ਹੀ ਨਹੀਂ। ਸਰ ਮੈਂ ਆਪਣੇ ਪਰਸਨਲ ਏਅਰਬੈਗ ਦੀ ਗੱਲ ਕਰ ਰਿਹਾ। ਤੂੰ ਮੈਨੂੰ ਗੁੱਸਾ ਨਾ ਚੜਾ, ਨਹੀਂ ਮੈਂ ਪੱਗ ਚੋਂ ਪਿੰਨ ਕੱਢ ਕੇ ਮਿੰਟ ਲਾਉਣਾ ਤੇਰਾ ਏਅਰਬੈਗ ਪੈਂਚਰ ਕਰਨ ਲੱਗੇ ਨੇ। ਪਿੱਛੇ ਆਈਨੀਆਂ ਸਟਿੱਪਣੀਆਂ ਇਕੱਠੀਆਂ ਕੀਤੀਆਂ। ਉਹ ਜਨਾਬ ਇਹ ਸਟਿੱਪਣੀਆਂ ਨਹੀਂ, ਬੱਚੇ ਆ। ਉਹ ਤਾਂ ਮੈਨੂੰ ਵੀ ਦੇਖਦੇ ਆ। ਇਹ ਸਾਰੇ ਬੱਚੇ ਤੂੰ ਦਿੱਤੇ ਆ? ਨਹੀਂ ਜਨਾਬ, ਮੇਰੀ ਘਰ ਵਾਲੀ ਨੇ ਦਿੱਤੇ ਆ। ਉਹ ਡੰਗਰਾ ਜਿਹਾ ਜਨਾਨੀ ਮਾਰਨੀ ਆ? ਤੈਨੂੰ ਲੋਕਡਾਊਨ ਚ ਹੋਰ ਕੰਮ ਕੋਈ ਨਹੀਂ ਸੀ? ਕੰਮ ਤਾਂ ਬਥੇਰੇ ਸੀ ਸਰ, ਪਰ ਮੈਨੂੰ ਆਨਲਾਈਨ ਕਰਨੇ ਨਹੀਂ ਨਾ ਹੁੰਦੇ। ਕੰਮ ਤੈਨੂੰ ਕੋਈ ਆਨਲਾਈਨ ਕਰਨਾ ਨਹੀਂ ਆਉਂਦਾ, ਆਫਲਾਈਨ ਹੋ ਕੇ ਜਨਾਨੀ ਤੇ ਲਾਈਨ ਮਾਰਨੀ ਆਉਂਦੀ ਆ। ਸਰ ਤੁਸੀਂ ਗੁੱਸਾ ਤਾਂ ਐ ਕਰਦੇ ਪਏ ਹੋ ਜਿੱਦਾਂ ਮੈਂ ਕਿਸੇ ਹੋਰ ਦੀ ਜਨਾਨੀ ਤੇ ਲਾਈਨ ਮਾਰਤੀ। ਇਹ ਸਾਰੀਆਂ ਲਹਿਰਾਂ ਬਹਿਰਾਂ ਕਰੋਨਾ ਦੀ ਪਹਿਲੀ ਲਹਿਰ ਦਾ ਨਤੀਜਾ ਲੱਗਦੀਆਂ। ਜਨਾਬ ਹੁਣ ਤਾਂ ਦੂਜੀ ਲਹਿਰ ਵੀ ਲੰਘ ਗਈ। ਹਾਂਜੀ ਜਨਾਬ, ਤਾਂ ਹੀ ਤਾਂ ਹਸਪਤਾਲ ਚੱਲਿਆ, ਮੇਰੀ ਜਨਾਨੀ ਦੀ ਡਿਲੀਵਰੀ ਹੈ। ਓਏ ਸ਼ਰਮ ਕਰ ਲੈ, ਕੋਈ ਸ਼ਰਮ। ਓ ਜਨਾਬ ਦਰਅਸਲ ਗੱਲ ਇੱਦਾਂ ਵੀ ਮੇਰੀ ਜਨਾਨੀ ਨੂੰ ਬੱਚਿਆਂ ਦਾ ਬੜਾ ਸ਼ੌਂਕ ਆ, ਮੈਂ ਤਾਂ ਬਸ ਉਹਦਾ ਸ਼ੌਂਕ ਹੀ ਪੂਰਾ ਕਰ ਰਿਹਾ। ਹਲਿਆ ਹਲਕਿਆ, ਤੂੰ ਫਿਰਦਾ ਬਦਨਾਮ ਜਨਾਨੀ ਨੂੰ ਕਰੀ ਜਾਂਦਾ, ਤੈਨੂੰ ਆਪ ਡਿਲੀਵਰੀ ਦੇਣੀ ਪਵੇ ਨਾ ਲੱਗ ਪਤਾ ਜਾ। ਵੈਸੇ ਜਿੱਦਾਂ ਦਾ ਤੇਰਾ ਜਗਰਾਫੀ ਆ, ਮਾਫ ਕਰਨਾ, ਔਖਾ ਸੌਖਾ ਇੱਕ ਅੱਧੀ ਡਿਲੀਵਰੀ ਤਾਂ ਤੂੰ ਦੇ ਸਕਦਾ। ਜਨਾਬ ਫਿਰ ਕੱਟੀਏ ਪਰਚਾ? ਪਰਚਾ ਇਹੋ ਜਿਹੇ ਬੰਦੇ ਨੂੰ ਤਾਂ ਖੁੱਲਾ ਛੱਡਣਾ ਬਹੁਤ ਖਤਰਨਾਕ ਆ। ਘੱਟੋ ਘੱਟ ਇਹਨੂੰ 1 ਸਾਲ ਦੇ ਅੰਦਰ ਕਰਾਂਗੇ। 1 ਸਾਲ ਲਈ? ਉਹ ਕਿਉਂ? ਸਾਲਿਆ ਤੀਜੀ ਲਹਿਰ ਤਾਂ ਛਾਲਾ ਮਾਰਦੀ ਆ ਰਹੀ ਹੈ, ਜਿਹੜੇ ਹਿਸਾਬ ਨਾਲ ਤੂੰ ਸਪੀਡ ਫੜੀ ਆ, 2-4 ਸਟ੍ਰਿਪੀਆਂ ਤਾਂ ਤੂੰ ਬੋਲਣ ਤੇ ਫਿੱਟ ਕਰ ਲਏਗਾ। ਜਨਾਬ ਮੇਰੀ ਗੱਲ ਸੁਣੋ, ਮੈਂ 1 ਸਾਲ ਲਈ ਅੰਦਰ ਨਹੀਂ ਰਹਿ ਸਕਦਾ। ਚਲੋ ਫਿਰ 2 ਕਰ ਲੈਣੇ। ਹਾਂ ਇਹ ਸਹੀ ਆ, ਮੈਨੂੰ ਤੇ ਮੇਰੀ ਜਨਾਨੀ ਦੋਨਾਂ ਨੂੰ ਅੰਦਰ ਕਰ। ਤੂੰ ਮੇਥੋਂ ਚਪੜਾ ਨਾ ਖਾਲੀ। ਉਹ ਜਨਾਬ ਅੱਗੇ ਪਰੌਂਠੇ ਚਕਾਣ ਦੇ ਸੀ। ਉਹ ਤੂੰ ਬਾਜਾ ਜੇ ਬਚ ਹੁੰਦਾ। ਸਰ ਫਿਰ ਬਚਣ ਦਾ ਕੋਈ ਹੀਲਾ ਦੱਸੋ। 50,000? ਨਹੀਂ, 50,000 ਸਰ ਜ਼ਿਆਦਾ। ਅੱਛਾ 50,000 ਜ਼ਿਆਦਾ, ਤੇ ਜਿਹੜਾ ਅੰਦਰ ਢੇਰ ਲਈ ਬੈਠਾ ਇਹ ਘੱਟ? ਚਲੋ ਜਨਾਬ, ਹਸਪਤਾਲ ਦੇ ਬਿੱਲ ਹੀ ਰੱਖਿਆ ਸੀ, ਤੁਸੀਂ ਲੈ ਲਓ।
अगे एक न्याणा 50,000 च पैंदा सी, समझ लांगे भी इस वारी 100,000 च पै गया। चलो शाबाश, वधो वधो वधो। साव करने जी सर। डीजीपी साहब का हुक्म है कि सारे नाकियां सख्ती बता दियो। सानू सारे इलाके च पूरी तरह अमन शांति चाहिए है। हाँ सर जी। हाँ दस सर, की गल है? गिल साहब आए हैं। अच्छा अच्छा, उन्होंने बिठाओ और चाय पिलाओ। जी मैं आया। और बाकी मैं कहना भूल गया कि जड़िया मेरी फाइल्स है ना, अर्जेंट फाइल्स। थैंक यू। वेलकम। हाँ जी गिल साहब। ओ सर, तेनु किन्नी बार किया है कि मैनू बहुता सर सर ना करया कर। बैठ जी। मैं डीआईजी महकमे वास्ते हाँ, तेरे वास्ते नहीं। यार तू तो मेरा बचपन का यार है, नाले ऐस वक्त आपा दोनों वर्दी ची। जी सर। फिर सर। टंडन साहब, तनु सर कहंदे मैनू बड़ा माण आउंदा तुहाडे ते। तैनू एक पते दी गल दसां? हाँ जी। सियाणे कहंदे है कि जे एक लंबड़दार ते पुलिस वाला एक दूजे दे मत्थे लगण ना, सुख नहीं हैगा। पर एक कहावत अपने ते लागू नहीं हुंदी, क्योंकि आपां दोनों ही पुलिस वाले। सो इसका मतलब है एक पुलिस वाला दूजे पुलिस वाले दे मत्थे लग पाए। जी। होर सुना, सवेरे सवेरे आया है, सब सुख है ना? काजी सुख जी, बस इस तरह समझ लो कि सप दे मूंह कोड़ किड़ली आ गई। तेरी कहावत तो ये तो मैं समझ गया कि अवतार सिंह गिल सप है, पर ये कोड़ किड़ली कौन है? मैनू तो दसदिया शर्म आउंदी है कि कोड़ किड़ली मेरा अपना जवाई एस एच ओ शेर सिंह है। ओहो, हुण की होया? सरे आम 50,000 दी रिश्वत लैंदा होया वीडियो कैप्चर हो गया, दिखाना एक मिनट। देखो ये वीडियो किन्ने बनाई है? एक बच्चे ने शूट किया है। अवतार सिंह जी। इस तो पहला भी मैनू शेर सिंह की करतूतों बारे कितनी बारी पता लग चुका है, लेकिन सिर्फ तेरी दोस्ती करके मैं इग्नोर की थी। पर हुण तो पानी सिरों टप गया। सर इसे करके मैं तुहाडे कोल आया। ओदियां करतूतों बारे तुहाडे कान तक कोई होर पहुंचाए, उस तो अच्छा ओदा कच्चा चिट्टा मैं ही क्यों ना तुहाडे सामने खोल दां। शेर सिंह ने शरेआम सड़क ते रिश्वत लेके बहुत वड्डी गलती कीती है। गलती तो मेरे तो हुई है जी, उन्हें थाना सदर का इंचार्ज बना के। पर अवतार सिंह, हुण आपां प्रेस नूं की जवाब देवांगे?
सर जवाब तो उन्हें मैं दूंगा नौकरी तो कट के। अवतार सिंह तेरे वर्गे ईमानदार पुलिस अफसर से तो पंजाब पुलिस नू माण है, पर हुण ईशेर सिंह है कि होगा किते किसे गरीब आदमी से फोका रो पौंदा। वैष्णो ढाबा पुरजी तो पक्का बनाउंदे होणे, करदे आ गल। एसएचओ शेर सिंह उन्हूं वीडियो कॉल मिला। ओ कोई है साहब दे मान सत्कार लई? सत श्री अकाल जनाब। सत श्री अकाल तो ठीक है, ढाबा तेरा? साडा कादा जी, थोड़ा ही। सोहना ढाबा बई। थोड़ी कृपा है जी। सालिया कृपा नू मैं मिस्त्री हाँ कि मैं पाया। आ ढाबे की पिछली जगह ये भी तेरी है? जगह वेच के ता जी ढाबा पाया। सुना टिचर महंगी पैंदी है। जनाब गुस्सा का तो कर दे हो, तुसी बैठो मैं ताड़े लिए दुध च पत्ती पाक लिया। हाँ एक मिनट गल तो सुन, तू दुध च पत्ती रहन दे, सीधी ढाबे च पत्ती पवा मेरी। हाँ जी। मेरा मतलब हिस्सा पत्ती किन्ना क चलदा ढाबा? जिस हिसाब नाल पुलिस दियां वंगारा पै रहियां ने जी, उस हिसाब नाल भी एक दिन चलदा हो जू। फिर टिचर, फिर पुछना टिचर। सर एसएसपी साहब दी वीडियो कॉल आ रही है। सौरा साहब हाँ जी सौरा साहब, मेरा मतलब एसएसपी साहब। ओए तेरे नो ज्यादा तहजीब ता हौलदार नु हुंदी है, काश अपनी कुड़ी नु तेरे लड़ लाउण नालों पहला किसे हौलदार नाल व्याहती हुंदी। माफ करना, व्याही ता तुसी हौलदार नाल ही सी, ए वक्री गल है। अज जो हौलदार शेर सिंह एसएचओ दी पदवी ते, ओ भी आप दी कृपा नाल पापा जी। बहुत जल्द तू फिर हवलदार दी कुर्सी ते विराजमान होएगा बरखुरदार, ओ भी पापा जी दी कृपा नाल। मैं समझा नहीं। मेरे दफ्तर जान तो पहला करे आके रिपोर्ट कर। समझे नहीं? बड़ा बदतमीज है। इनू की हो गया? अजे तो धी दिती हुई है, जे कि लिती होंगी फिर पता नहीं की करदा। मेरे घरे पहुंच सीधा नहीं कह सकता सी भी सौरे पहुंच। सौरे दिए नारे जवाई तेरा घर आ गया चातर ले। पापा जी, पापा। कमाल है, मैनू घरे बुला के आप कित दफ्तर तो नहीं चले गए? ओए घर च कोई है जवाई राजा का स्वागत कर ली कि नहीं? सच कहा सियाने ने, बई ये सौरिया तो इज्जत करानी है ना, कदे भी कले ना जाओ। जदो भी जाओ उन्हों की धी नू नाल लेके जाओ। कले जवाई नू तो सौरे बेरा वटे नहीं पुछते, पर साडे सहुरे इस गलों चंगे ने। बेरा बट्टे पुछन चाहे ना पुछन, पर सेबा बट्टे जरूर पुछदे। रुक जा, ओथे ही रख दे सेब जिथों चुकया। की कहा? ठीक सुनया तू, रख दे सेब टेबल ते। इन्नी बेरुखी, अज सवेरे भी फोन ते तुहाडे सुर बदले ही लगदे सी। मैं तैनू कवाली सुना रहा जेड़ा तू मेरे सुर पर खरे। कोई अपने जवाई नाल भी इन्नी उच्ची आवाज गल करदा हुंदा? मैं इत्थे तेरा फादर इन लॉ नहीं, तेरा अफसर तेरे नाल गल कर रहा। फिर तो मैं ये भी नहीं कह सकता भी अफसर होवोंगे अपने घरे होवोंगे। मेरा मतलब तुसी तो ऑलरेडी अपने घरे खड़े हो, पर पता तो लगे किस गल का गुस्सा चढ़े तुहानू। ओए गुस्सा ना चढ़ावा तो होर तेरे गल च हार पाओ, कहां के बाहरो फूल बरसाओ मेरा महबूबा है या किसे बड़े गिरोह का पर्दाफाश कर गया? हुण कुछ दसोंगे भी क्यों ही झग जी कढ़ी आओगे? ओए मैनू तो दसदियां भी शर्म आउंदी है, तू दस जेड़ी करतूत तू कीती है तेरी करनी बनदी सी? ओ केड़ी करतूत? जेड़ी तू कीती है। ओ जेड़ी कीती है दस दियो, एवी तीन चार होर करतूत गणा दूंगा मैं अपनी।
तेन शर्म नहीं आई 50,000 रुपए की रिश्वत लेंदे हो? पापा जी सानू थानेदारा नू 50,000 तो बाद देना कौन है? मेरा मतलब तुसी किस 50,000 की गल कर रहे हो? वो 50,000 जेड़े तू कल सड़क ते खड़ा होके गिर रहा सी होशे नी तरह। ओ 50,000 वो तो पापा जी मेरे अपने पैसे सी जेड़े मैं गिन रहा सी। अच्छा तेरे अपने से? एक मिनट इस वीडियो विच तां तू उस बंदे कोलों पैसे फड़ रहे हैं, ये केड़े पैसे सी? मेरे ही पैसे है पापा जी। इस बंदे दा मेरा लैण देण चलदा, उहने मेरे कोलों उधार फड़े सी ते इहदे विच वापस कर। तैनूं शर्म नहीं आउंदी? झूठ ते झूठ बोली जा रहे तू। ओए तू इस वर्दी ते जिन्ने दाग लाउणे सी ला चुका है, बस तू इस वर्दी दे लायक नहीं है शेर सिंह। की कह रहे हो पापा जी? I'm sorry to say, you are suspended शेर सिंह। ये तुहाडा आखिरी फैसला? Yes। सोच लो। की सोच लो? आही भी सस्पेंड होने तो बाद मैं की करूंगा? तू घर बैठेगा। मैं सारी दिहाड़ी तुहाडे घर बैठ के की करूंगा? ओए मेरे घर नहीं, ओए तू अपने घर बैठेगा। Now get out, get out, go, go। कैसा बंदा है यार, इस मूर्ख नू पुलिस से भर्ती क्यों नहीं कीता? मैं कीता सी। ओए तू इस वर्दी ते जिन्ने दाग लाने सी ला चुका है, बस तू इस वर्दी दे लायक नहीं है शेर सिंह। I'm sorry to say, you are suspended शेर सिंह। आके जुलूस कड़े है। शावाशे प्रीतम कुरे तेरे शावाशे। आखे आके जुलूस कड़े है। और मेरा जुलूस निकले तेरे कर गया। नहीं मैं की कीता है? हजे पूछ दिया मैं की कीता? सारा कीता कराई तेरा। ना उस दिन SHO शेर सिंह तेरी गल मानदा ते ना उन्हूं आ दिन देखने पेंदे। हाय हाय की बोली जाने हो? सच क्या सियाणिया ने, नवी बोटी ते नवा बाल जिमे गजा लो उसे चाल। कसूर तां साला मेरा जिहड़ी आउंदी है सिर चढ़ा। सोचदा सी बेबे एमी बोली जांदी है, अज पता लग्या सच कहिंदी सी मेरी मां। ना हुण विच मां कित्थों खड़ी सी ली? कसीट अपनी मां नूं, मेरी मां नूं कसीटण लई तैनूं उपर जाणा पैणा। वैसे तूं उपर जा ही आ, घट्टो घट्ट मेरा खेड़ा तां छुट्टू। अच्छा अज खेड़ा चलाउण नूं फिरदे हो? भुखे मरदे सी तुसीं, इह तां शुक्र करो मेरे पिओ SSP ने तुहानूं थानेदार लुआता, नहीं तां तुसीं थाने दे विच चपड़ासी लगण दे काबल वी नहीं सी। ओ जे लवाया उहने सी ते कढ़िया वी उहने ही आ। दोहां ने रल के मेरा पट्ठा पटाता। देखियो तुहानूं पिओ धी नूं 50 पुलिस दी हाँ लगणी आ, जिन्हां ने 50 पुलिस तों इक होणहार अफसर खोलिया। होणहार अफसर खोलिया? तुरिया जांदा नहीं फिट्टे मूंह गोडियां दा। मैं जदों रिश्वत लै रहे सी उदों देख लैंदे वी आले दुआले की चल रिहा। मैनूं की पता, जदों मैं पैसे गिन रिहा सी साला मेरी कोई वीडियो बना रिहा। मैं अपनी जिंदगी विच ना थोड़े जिन्ना होशा बंदा नहीं देखिया हैं। अखे भुखे जट नू कटोरा थे आया पानी पी पी अफरिया, ना थोनू खादी काली सी भी उत्थी बैठ के नोट गिनने ने घरे आके गिन लेंदे। सारा तेरे ही पिट से आपा करदा सी, घरों चलन लगे नू तुनू तुन के तोरिया सी। अखे अज मैं सेट लेना, पूरे 50,000 लेके आईयो, नहीं मेथों बुरा कोई नहीं। अपसेट हुंदी हुंदी ने मैनू अपसेट करके तरता। अखे मेथों बुरी कोई नहीं, अज पता चलिया ते तो वाकई कोई बुरी नहीं होनी। ओ चंगा रहन दो गुस्से नू, ਤੁਸੀਂ ਐਦਾਂ ਕਰੋ ਫੋਨ ਤੇ ਮੇਰੇ ਪਾਪਾ ਤੋਂ ਸੌਰੀ ਮੰਗ ਲਓ, ਉਹ ਤੁਹਾਨੂੰ ਮਾਫ ਕਰ ਦੇਣਗੇ। ਮੈਂ ਮਾਫੀ ਮੰਗਾ? ਮਾਫੀ ਮੰਗਦੇ ਮੇਰੀ ਜੁੱਤੀ? ਤੁਸੀਂ ਹੈ ਹੀ ਜੁੱਤੀਆਂ ਦੇ ਕਾਬਲ। ਕੀ ਬਕਵਾਸ ਕਰ ਰਹੀ ਆ? ਤੁਸੀਂ ਐਦਾਂ ਕਰੋ ਹੁਣ, ਜੇ ਪਿਓ ਦੇ ਪੁੱਤੋ ਨਾ ਤਾਂ ਇਸੇ ਗੱਲ ਤੇ ਰਹੋ ਵੀ ਮੇਰੇ ਪਿਓ ਨੂੰ ਫੋਨ ਨਾ ਕਰਿਓ। ਮੈਂ ਦੇਖਦੀ ਆ ਤੁਹਾਡਾ ਕਿਹੜਾ ਪਿਓ ਤੁਹਾਨੂੰ ਬਹਾਲ ਕਰਾਉਂਦਾ। ਮੈਂ ਕਿਹੜੇ ਪਿਓ ਨੂੰ? ਮੇਰੇ 7-8 ਪਿਓ ਨੇ। ਇਹ ਤਾਂ ਤੁਹਾਨੂੰ ਪਤਾ ਹੋਣਾ ਹੈ, ਗਿਣਦੇ ਰਹੋ। ਨਾਲੇ ਮੈਂ ਆਪਣੀ ਸਹੇਲੀਆਂ ਨਾਲ ਮਾਰਕੀਟ ਚੱਲੀ ਆ, ਥੋੜਾ ਲੇਟ ਹੋ ਜਾਊਂਗੀ। ਮੈਂ ਤਾਂ ਕਦੋਂ ਦਾ ਚਾਹੁੰਦਾ ਤੂੰ ਲੇਟ ਹੋ ਹੀ ਜਾਵੇਂ, ਤਾਂ ਕਿ ਲੋਕ ਕਹਿਣ ਤਾਂ ਸਹੀ ਲੇਟ ਮਿਸ ਸ਼ੇਰ ਸਿੰਘ।
की कह रहे हो? मैं कह रहा जे तू लेट हो ही जाना एक दो दिन बाहर ही कटे। आहो तुसी ता मेनू भेज के ही राजी हो क्योंकि आज थोड़े शराबी सारे ने जो आने तुसी दोहा ने बैठ के पैग जो लाना होने। जा जा काम कर अपना। आ जा ही रही है मैं। नाले गल सुनो वो हैप्पी अंदर सुत्ता पे है उनू जगायो ना। हायो रब्बा साला के हो जा बगलोल जम्मिया ना साला आप जागदा ते ना उदी किस्मत जागदी है। आए हाए हौली बोलो। ते हुण मैं अपना संग कुट लवां। पता नहीं साले केड़े चावल ने कहावत बनाई आ के बंदे दी कामयाबी पिछे एक औरत दा हाथ हुंदा। इत्थे एक औरत ने ऐसे हाथ दिखाए साले प्यो पुत रोल के तरते। बोली जाओ पता नहीं माने की खा के जम्मिया सी। कहां खा के जम्मिया सी? की खा के जम्मिया? नमस्ते जी। नमस्ते। होर फिर घुंगरू बजी जाने? हाँ जी बजी जाने ही। तुसी ठीक हो जी? चढ़ी फिर तेरे ब्याह दी कोई गलबात सिरे? ओ नहीं जी साहब जी तो चाड़दे नहीं सिरे तुसी ये चाड़ोगे जी। कोई ना मैं देख दिया। पापा जी किथे ने? ओ अंदर ही ने जी। ठीक है जी। आओ आओ पुत्र जी आओ। सत श्री अकाल पापा जी। सत श्री अकाल। होर सुनाओ कि मैं ठीक ठाक हो? बहुत वधिया। आ मम्मी नजर नहीं आंदे? ओ आजूगी बस हुण गुरुद्वारा साहब गई है मत्था टेक। अच्छा अच्छा। मैं मार्केट चली सी सोचा मम्मा नु पुछला कोई चीज ता नहीं चाहिदी। भई ए ता हुण ओदे आण तो बाद ही पता चलूगा। बैठ। होर सुना शेर सिंह दा की हाल है? वधिया ने पापा जी। वधिया? ये की कह रही है? उन्हें कोई अफसोस नहीं? एडा वड्डा कांड कर दिता है महकमे जुलूस निकलिया पे पूरा शर्म नहीं आई सस्पेंड होके करे बह गया। हाले तो कहंदे सी मेरी प्रमोशन हो जानी है मैं पापा जी दे नाल वाले कमरे च बैठा करूंगा। मल्ले तेरे हैं लैनिया रिश्वतां रोल भगत सिंह वाले। मैं सारी जिंदगी इस वर्दी ते दाग नहीं लगन दिता उन्हें सारी दी सारी वर्दी दाग दाग करती। पापा जी चंगे सी ऑफिस जांदे सी हुण सारा दिन घरे बैठे रहंदे ने मेरे नाल लड़ी जांदे ने। ओनू समझा दे खबरदार जे मेरी धी नू तंग कीता अजे सिर्फ सस्पेंड कराया अंदर करा दूं ओनू। चलो छड्डो पापा जी कुक्कड़ वीर नहीं आया पिंडो? ओदा भी सरिया ही पिया पिछले हफ्ते फोन आया सी आखे पापा जी दरवाजा खोलो मैं बाहर खड़ा। मैं बाहर गया कोई है ही नहीं सी। सही गल है अज मेनू भी फोन आया कहंदा मैं भेणे तेरे कोल आ रहा हुण देखदी आ आउंदा कि नहीं। पता नहीं की जिस गया किसे ना नहीं रलदा वो बस। चलो ठीक है पापा जी मैं फिर हुन चलदी हां जदो मम्मी आणगे तां मेरी गल जरूर करवा दियो। चल ठीक है। चलो ठीक है पापा जी। जिउंदी रह पुत। हां जी जिउंदी रह। ओए चाह ले आ हुन। भई कमाल है मैं तो कुछ किया ही नहीं फिर अज कुंभकर्ण साहब दी अख किवें खुल गई। सत श्री अकाल डैडी जी। जिउंदा रह। डैडी जी इन्नी सोहनी चीज दे रहे हो मैं कहड़ा थोड़े पैरी हथ लाया सी मैं तां सेब चुक रहा सी। फिट है मूं। ओए बिजू आ जे मैनू भुलेखा पै ही गया सी तां प्यार रहण दंदा कि तू ते तेरी मां ने सुख्या ही होया कि जिंदगी च मैनू कोई खुशी देनी ही नहीं। डैडी चिंता ना करो थोड़ी दिन बाद थोड़े नूहने आ जाना जिन्ने मर्जी पैरी हथ लवा लियो तुसीं। ओए ओए शेख चिल्ली दे दोते तैनू वेले नू कुड़ी देनी किने आ? ओ जिहदा प्यो SHO लग्या होवे ओनू किते लगन दी की लोड़ आ तुसी कूल रहा करो कूल। किन्ना के कूल रहा यार बर्फ च ता लग्या पिया होर तणिया घोट के पी जवां। केड़े साले दी हिम्मत आ जेड़ा थोनू बर्फ च ला दवे? साले दी नी सौरे दी तेरे नाना ने मैनू सस्पेंड करता। ओ इन्नी ता अगला जवाई भाई दी फेवर करदा ही आ हुण बेले बैठन नू अद्धी तनखा देणगे बहाल आउण तों बाद बाकी भी मिल जू। नहीं SHO नू किते छुट्टी मिलदी आ पुछ के ता देखो अगो ठा जवाब मिलदा इधर करोना ने कहट आया पिया वा थोनू छुट्टी दी पई आ। उखल पुत ना जम्मे धी काणी चंगी। ओ नाने दी धी तो याद आया मम्मी जी किथे ने? बाजार गई है। ओहो हुण मैनू चाह कौन बना के पियाऊ? बेटे पचाल दिल्ली तो ना बुला लिए। ओ एड्डी दूर कित्थों आणगे इह तां तुसीं आप ही हिम्मत करो नाले अपने वास्ते बना लो नाले मैनू पिया दियो। शर्म कर कोई शर्म। शर्म वाली कड़ी गल है इह तां सेवा नू मेवा हुंदा अज तुसीं मैनू बना के पिलाओ कल नू मेरी वोटी थोनू बना के पिलाऊगी। ओए कीदा व्याह कीदी वोटी आ रिश्ता सितारियां दे मुंह नू होया अबूथी नू देख के नहीं होया। माफ करना डैडी जी रिश्ता ना बूथी देखी कीता सी सितारियां दा की आ अज हैगे आ कल नू है नहीं। तेरी ओ साले नैच दी खड़ मैं दसदा तैनू
एक अकल दी गल दसा नाना जी दी मिंत कर लो हाय डगर जी मिंत कर मिंत कर दिया मेरी जुत्ती SHO शेर सिंह हेलो हाँ सिमी किन्ने बजे आना किथे भूल गए मैं तनु गया सी मैं तड़े नाल मिलके गल करनी है ओ हाँ सच मैं तो भूल ही गया सी यार तनु कुछ भी नहीं याद रहंदा जे मैं तड़े नाल दो दिन गल ना करा ना मेनू लगदा तुसी मेनू भूल ही जाओगे ओए किथे हो सकदा राजा किथे भूल सकदा अपनी लैला नू तुहाडे मुहावरे ना मेनू कदी भी समझ नहीं आउणे मैं की कीता हुण कुछ नहीं तुसी किथे कुछ करदे हो आपे सब कुछ हो जांदा की बोली जा रही है की चाहिदा तैनु ਤੁਸੀਂ ਕਿੰਨੀ ਦੇਰ ਜਾਣਾ ਇਹ ਦੱਸੋ ਪਹਿਲਾਂ ਮੈਂ ਤੁਹਾਡੇ ਕਰਕੇ ਆਪਣਾ ਲੈਕਚਰ ਵੀ ਮਿਸ ਕੀਤਾ ਹੈ ਖੁੱਲ ਕੇ ਅੱਧੇ ਘੰਟੇ ਚ ਆ ਗਿਆ ਤੇ ਕੋ ਬਸ ਮੈਂ ਚਲੋ ਠੀਕ ਹੈ ਆ ਜਾਓ ਰਸਗੁੱਲੇ ਗੁਲਾਬ ਜਾਮੁਨ ਵਾਹ ਪਕੌੜੇ ਭੈਣ ਜੀ ਹਾਂਜੀ ਸੁਨੀਤਾ ਕਰੀਏ ਸ਼ੁਰੂ ਫਿਰ ਕਿਹਦੀ ਵੇਟ ਹੋ ਰਹੀ ਹੈ ਹੁਣ ਉਹ ਥਾਣੇਦਾਰਨੀ ਦੀ ਵੇਟ ਹੋ ਰਹੀ ਹੈ ਹਮੇਸ਼ਾ ਹੀ ਲੇਟ ਹੁੰਦੀ ਹੈ ਲੈ ਉਹ ਤਾਂ ਹਰ ਵਾਰੀ ਦਾ ਕੰਮ ਆ ਕਿੱਟੀ ਪਾਰਟੀ ਤੇ ਲੇਟ ਹੀ ਆਉਂਦੀ ਆ ਬਸ ਬਸ ਇੱਥੇ ਰੋਕ ਲੈ ਜੀ ਬੀਬੀ हाँ भाई किन्ने पैसे हो गए तेरे 280 रुपए हो गए जी हाल है 500 पर मेरे को तो खुले नहीं है जी चल कोई ना रख ला अपने जौकां लई कुछ लै जी बहुत बहुत मेहरबानी जी लगता है आ गई हेलो हाय एवरीवन हेलो प्रीतम हेलो प्रीतम और की हाल चाल ने ठीक है जी फर्स्ट क्लास की गल प्रीतम तू लेट हो गई असि तो तेनू कदों दे उड़ीकी जाने दरअसल भैन जी मेरी मर्सिडीज खराब हो गई सी तेरे को मर्सिडीज भी है ले दो ने की गल करती एक मेरे हस्बैंड यूज कर दे ने एक मेरे को ले क्या बात है तेरी तो पूरी टौर है सूट बड़ा सोना पाया आज ले ये तो कुछ भी नहीं हैगा ये तो मैं जल्दबाजी च पाई नहीं तो मैं भैन जी 50,000 तो घट सूट पाउंदी होनी ले तू तो कर्मा वाली आ तेरा घर वाला तेरी हर रीज पूरी करदा आ देख ले 3 साल हो गए सूट नु जदो भी नवे दा कहनी आ कह दिंदे ने प्रमोशन नहीं हुई हजे तक ले कुलवंत तू फिकर काते करदी है मैं अपने पापा जी नु कह के तेरे घर वाली प्रमोशन करवा दनी है ले कुलवंत हुण ता खुश है ये करवाऊंगी प्रमोशन अच्छा प्रीतम मैं सुनिया शेरपा जी सस्पेंड हो गए हैं सही सुनिया मैं अबे तैनू किने कहया मेरा घर वाला दसदा सी कि शेरपा जी 1,00,000 दी रिश्वत लंदे फड़े गए 1,00,000 रुपया लिया उने मैनू तो उने 50,000 कहया है ते 50,000 किथे गया हैं की कहया हैरानी जी नहीं हुई क्योंकि सानू सब नू पता है इन्ने महंगे शौक 1 नंबर दी कमाई तां पूरे नहीं हुंदे जो मुंह च आउंदा बोली जानी है की कहनी है कुछ नहीं छड्डो हो गई अपनी गल्लां बातां चलो कुछ खाइए हुण आप हां हां चलो खाना शुरू करिए SSP अवतार सिंह गिल स्पीकिंग सासी का पापा जी ओ हो SHO शेर सिंह राजपूत बोल रहे ने बोलती तो बात नाले कादे राजपूत क्यों की होया आजकल ते जिसका राज उसी के पूत ते राज ते आजकल SSP KS गिल साहब दा असि ते उन्हां दे पूत ही हां ओए शर्म आउंदी है मैनू तेनू पुत कहंदे होए ओए रिश्वत दे पैसे गिनदे ओए ए भी नहीं सोचा के किड्डा वड्डा क्राइम कर रहा
पापा जी मैं तुहानू हुण किवें समझावां क्यों मेरे अपने पैसे सी ओए पतंदरा कोई अपने पैसे जेब चो कढ के गिणदा सड़क ते साफ दिखाई दे रहे रिश्वत दे पैसे गिणदे होए पापा जी तुसी चाहे वेरीफाई करा लो जे मैं कसूर दुबार निकलिया तो समझ लो मैं तुहाडा जवाई नहीं ओए हुण इस उमर च मैं दुबारा जवाई लभदा फिरूंगा किथे बिठाऊंगा अपनी धी नू फिलहाल तां उत्थे ही बैठी है जिथे तुसी मैनू सस्पेंड करके बिठाया मतलब हाल दी घड़ी ओ करी आ तू मैनू धमकी दे रहे हैं पापा जी मेरी इनी औकात किथे तुहानू धमकियां देण दी हालांकि प्रीतम कौर ते हैप्पी तां मैनू कहंदे सी कि कोई लोड़ नहीं पापा नू फोन करन दी ते उहनां दीआं मिन्नतां करन दी उहनां नू नहीं देखदा कि जिहनू मैं सस्पेंड करन लग्गिआ मेरा जवाई लगदा मैं कहा छोटे ही वड्डिआं तों माफ़ी मंगदे हुंदे नारे मिन्नतां करन नाल कुछ कसदा सॉरी जेंटलमैन मैं इस मामले तुहाडी कोई मदद नहीं कर सकदा आखे मैं तेरी कोई मदद नहीं कर सकदा दुश्मनी तां कढ़ ही लई ना इक दुश्मनी थोड़ी सी जिहड़ी अपनी धी मेरे लड़ लाई सी की कहदा तू दोबारा बोल मैं की बोलना पापा जी एक बारी दोबारा सोच लो मेरी जिंदगी खराब हो जूगी मेरी तो घर दे विच पहले ही इज्जत नहीं गल करते तू मेने मार दंदे तू डीसीपी लगे तो पापा जी डीसीपी ना सही घटो घट मेनू एसएचओ तो लगे रहन दे ओए हुण तू चाहुंदा की है मैं तो पापा जी यही चाहुंदा कि लै दे के मामला रफा दफा करो ठीक है ठीक है ठीक है जरा दोबारा बोल तू मेरे कहने का मतलब पापा जी ये डायलॉग सानू थाने दे विच अक्सर सुनन नू मिलदे ने इस करके मेरे मुंह चढ़िया होया तेरे मुंह ते तो बहुत कुछ चढ़िया होया ओए मैनू लगदा ओ वीडियो सिर्फ मेरे कोल ही आया इस करके मैं सच्चा झूठा सस्पेंशन ऑर्डर लिखया ओदे ते मैं भी यही सोचता सी पापा जी के कोई एडा बेवकूफ थोड़ा हुंदा कि अपनी जवाई नू ए सस्पेंड कर देवे दोबारा बोली जरा बोली जरा दोबारा की क्या मैं की बोलना पापा जी थोड़ा जो बोलना तुसी ए बोलना ठीक है जे तू इना कह ही रहया तो मैं एक बारी फेर वेरीफाई करवा लेना वीडियो नू थैंक यू पापा जी अच्छा ठीक है थैंक यू और ठीक है सो नाइस ऑफ यू एक मिनट पापा जी एक मिनट हुण की होया वंस अगेन थैंक यू अच्छा ठीक है हुण मैं रखदा रखेंगे जी मैनू समझ नहीं आता इहदा करां की मैं ਪੈਰੀ ਪੈਣਾ ਮੰਮੀ ਜੀ ਜਿਉਂਦਾ ਰਹਿ ਪੁੱਤ ਹੋਰ ਘਰੇ ਸਭ ਠੀਕ ਠਾਕ ਹੈ ਸਭ ਠੀਕ ਨੇ ਤੁਸੀਂ ਸੁਣਾਓ ਮੈਂ ਵੀ ਠੀਕ ਠਾਕ ਆ ਵਧੀਆ ਸਿੰਮੀ ਕਿੱਧਰ ਮੰਮੀ ਜੀ ਸਿੰਮੀ ਡਰਾਇੰਗ ਰੂਮ 'ਚ ਹੀ ਹੋਣੀ ਹੈ ਠੀਕ ਹੈ ਜੀ ਹੋਰ ਘਰ ਸਭ ਠੀਕ ਠਾਕ ਹੈ ਨਾ ਸਭ ਠੀਕ ਹੈ ਮੰਮੀ ਜੀ ਕਿਉਂ ਕੀ ਹੋਇਆ ਉਹ ਐਕਚੁਅਲੀ ਤੁਹਾਡੇ ਡੈਡੀ ਦੀ ਨੌਕਰੀ ਤਾਂ ਸੁਣ ਕੇ ਬੜਾ ਦੁੱਖ ਲੱਗਿਆ ਜੀ ਮੰਮੀ ਜੀ ਸਾਨੂੰ ਵੀ ਚਲੋ ਕੋਈ ਗੱਲ ਤੁਸੀਂ ਇੱਦਾਂ ਕਰੋ ਤੁਸੀਂ ਬੈਠ ਕੇ ਗੱਲਾਂ ਬਾਤਾਂ ਕਰੋ ਮੈਂ ਚਾਹ ਬਣਾ ਰਹੀ ਸੀ ਬਸ ਹੁਣੇ ਲੈ ਕੇ ਆਈ ਜੀ ਮੰਮੀ ਜੀ ਹੋਰ ਸਿੰਮੀ ਕੀ ਹਾਲ ਆ ਮੈਂ ਵਧੀਆ ਤੁਸੀਂ ਇੰਨੀ ਦੇਰ ਲਾਤੀ ਯਾਰ ਮਾਰਕੀਟ 'ਚ ਟਾਈਮ ਲੱਗ ਗਿਆ ਸੀ ਓਕੇ ਆ ਦੇਖ ਮੈਂ ਤੇਰੇ ਵਾਸਤੇ ਕੀ ਲੈ ਕੇ ਆਇਆ ਕੀ ਓ ਵਾਓ ਬਿਊਟੀਫੁਲ ਬਹੁਤ ਪਿਆਰਾ ਹੁਣ ਦੱਸ ਤੂੰ ਕੀ ਕਹਿ ਰਹੀ ਸੀ ਕੀ ਗੱਲ ਕਰਨੀ ਆ ਕੋਈ ਜ਼ਰੂਰੀ ਗੱਲ ਲੋ ਬੱਚਿਓ ਤੁਸੀਂ ਚਾਹ ਪੀਓ ਮੈਂ ਸ਼ੰਮੀ ਤੋਂ ਆਪਣੇ ਸੂਟ ਫੜ ਕੇ ਲਿਆਈ ਠੀਕ ਹੈ ਮਾਮੀ ਜੀ ਹੁਣ ਦੱਸ ਕੀ ਗੱਲ ਆ ਰਾਤ ਨੂੰ ਮੰਮੀ ਡੈਡੀ ਜੀ ਗੱਲ ਕਰ ਰਹੇ ਸੀ ਕਿ ਹੈਪੀ ਦੇ ਡੈਡੀ ਸਸਪੈਂਡ ਹੋ ਗਏ ਨੇ ਰਿਸ਼ਵਤ ਲੈਣ ਦੇ ਚੱਕਰ 'ਚ ਇਹ ਗੱਲ ਤਾਂ ਪਹਿਲਾਂ ਵੀ ਹੋ ਚੁੱਕੀ ਆ ਹੁਣ ਦੁਬਾਰਾ ਕਿਉਂ ਹੋ ਰਹੀ ਆ ਇਹ ਗੱਲ ਤੇ ਮੈਨੂੰ ਵੀ ਨਹੀਂ ਸਮਝ ਆ ਰਹੀ ਕਿ ਇਹ ਗੱਲ ਦਾ ਜ਼ਿਕਰ ਵਾਰ-ਵਾਰ ਕਿਉਂ ਹੋ ਰਿਹਾ ਹੋ ਨਾ ਹੋ ਸਾਡੇ ਰਿਸ਼ਤੇਦਾਰੀ ਪਾਨੀ ਮਾਰ ਰਹੇ ਨੇ ਕਿ ਹਜੇ ਵੀ ਕੁਝ ਨਹੀਂ ਵਿਗੜਿਆ ਵਿਗੜਿਆ ਦਾ ਕੀ ਮਤਲਬ ਤੈਨੂੰ ਲੱਗਦਾ ਆਪਣੇ ਰਿਸ਼ਤਾ ਤੋੜਨ ਦੀ ਗੱਲ ਕਰ ਰਹੇ ਨੇ ਉਹ ਹੋ ਸਕਦਾ ਫਿਰ ਸਿੰਮੀ ਤੂੰ ਸਮਝਾ ਉਹਨਾਂ ਨੂੰ ਕਿ ਬੰਦੇ ਦੀ ਲਾਈਫ 'ਚ ਮਾੜਾ ਚੰਗਾ ਟਾਈਮ ਆਉਂਦਾ ਰਹਿੰਦਾ ਵਾ ਏਦਾਂ ਰਿਸ਼ਤੇ ਥੋੜੀ ਟੁੱਟਦੇ ਨੇ ਉਹ ਗਲਤ ਹੈ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੀ ਪਰ ਮੈਨੂੰ ਆਖਰ ਦੇ ਵਿੱਚ ਆਪਣੇ ਘਰਦਿਆਂ ਦੀ ਹੀ ਮੰਨਣੀ ਪੈਣੀ ਹੈ ਤੂੰ ਆ ਕਹਿਣ ਵਾਸਤੇ ਮੈਨੂੰ ਬੁਲਾਇਆ ਸੀ ਮੈਂ ਚੱਲਦਾ ਫਿਰ ਚਾਹ ਤਾਂ ਪੀਜੋ ਕੋਈ ਨਹੀਂ ਜ਼ਿੰਦਗੀ ਜੋ ਦੁਬਾਰਾ ਆਇਆ ਫਿਰ ਚਾਹ ਪੀਊਂਗਾ ਮਤਲਬ ਮੈਂ ਚੱਲਦਾ ਪਰ ਮੈਨੂੰ ਆਖਰ ਦੇ ਵਿੱਚ ਆਪਣੇ ਘਰਦਿਆਂ ਦੀ ਹੀ ਮੰਨਣੀ ਪੈਣੀ ਹੈ
सिमी हैप्पी चला गया? हाँ मम्मा जी और चल गए। ते चाह भी नहीं पीके गया? वो कह रहे सी जे मैं दोबारा आया ते जरूर पीवांगा। मतलब? मतलब ते मैनू भी नहीं समझ आया। अच्छा मम्मा जी डैडी की गल कर रहे सी हैप्पी दे डैडी बारे? ओ ता तेरे फुफड़ दा फोन आया सी, ओ कहिंदे मुंडा ता पहले ही कुछ नहीं करदा, हुण ओदा प्यो भी सस्पेंड हो गया। ते इहदे चपड़ां की कसूर है, चंगा माड़ा टाइम ते सारियां ते आउंदा जांदा रहिंदा। ओ तेरी गल ता ठीक है पुत्त, पर तेरे डैडी नूं कौन समझावे? मम्मा जी तुसी समझाओ उहनां नूं, ओ जल्दबाजी च कोई भी इदां दा फैसला ना लैण। सब कुछ ठीक हो जूगा। कोई नहीं तू फिकर ना कर, मैं कर दी हां तेरे डैडी नाल गल। ठीक है मम्मा जी। भाई जी पंडित जी आ गए। आ गए? हां जी। चल पहला पंडित जी नूं बैठ दी। चलो सत श्री अकाल जी। मैं भाई मुख्तियार शाह। हां पंडित जी सारा पिंड इकट्ठा किया, सुख तो है? कादा सुख जी, मेरी तो जिंदगी खराब हो गई सरपंच साहब, मैं तो किसी मुंह दिखाने जोगा नहीं रहा जी। किसी ने थोड़ा ऐसा की देख लिया भी तुसी मुंह दिखाण जोगे नहीं रहे? थोड़ा किसी ने गला थड़ा थड़ा तो नहीं दबता? कानू सरपंच साहब तुसी की गल्ला करदे हो? दरअसल मैनू शराब पिलाई गई है जी। किने? कुकड़ ने जी। किवें? मेरा दुखदा सी सर, ते मैनू मिल गया सी कुकर, ते मैनू कहंदा देसी जी दवाई आ ते इको टीक ला के पी जा, ते मैं पी गया जी। भाई कुकर दी मां ने पता नहीं ओनू की खा के जम्मिया, जिद्दण दी ओने होश संभाली आ, पिंड दा हर रोज एक ना एक बंदा ओने सूरी टंगिया हुंदा है। पर एक गल है पंडित जी, शराब पीण लग्या थानू शराब दी खुशबू नहीं आई? खुशबू? राम 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 राम, बदबू कहो जी बदबू? मैनू तो शराब का उदो पता लग गया जी जदों मेरा सिर घूम लग गया जी। पर सिर ठीक तो हो गया ना? सिर तो ठीक हो गया जी। हाँ देखो पंडित जी, धर्म की गल वखरी है, पर जे हिसाब नाल पीती जावे शराब चीज तो माड़ी नहीं है। राम राम। कोई गल नहीं, मैं तो मजाक करदा, कुकर ने गल तो माड़ी की थी पंडित जी। कोई गल नहीं तुसी मेरे ते छड्डो, अज शाम ताई फड़ के मैं खिचदा कन्न करदा उहदा हाथ हौला। कुकड़ है कित्थे? ਕਿਹੜਾ ਹੋਏ ਜਿਹੜਾ ਬੈਲ ਦੇ ਉੱਤੇ ਹੀ ਬਹਿ ਗਿਆ? ਜੀਜੂ ਮੈਂ ਸਰਦਾਰ ਕੁੱਕੜ ਸਿੰਘ ਗਿੱਲ। ਓ ਜਲਦੀ ਦਰਵਾਜ਼ਾ ਖੋਲੋ। ਤੂੰ ਨਾ ਕਦੇ ਮੇਰੀ ਖਿਚੜੀ ਪੱਕਣ ਦੇ, ਜਦੋਂ ਖਾਊਂ ਸਾਲਾ ਉਹਦੇ ਉੱਤੋਂ ਆਊ। ਲੰਘਿਆ ਲੰਘਿਆ ਦਰਵਾਜ਼ਾ ਖੁੱਲਾ ਹੀ ਆ, ਨਾਲੇ ਭੈਣ ਕਰ ਦਰਵਾਜ਼ਾ ਖੜਕਾ ਕੇ ਥੋੜਾ ਆਈਦਾ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀਜਾ ਜੀ। ਜੇ ਚਾਟੀ ਦਾ ਮੂੰਹ ਖੁੱਲਾ ਹੋਵੇ ਤਾਂ ਕੁੱਤੇ ਨੂੰ ਤਾਂ ਸ਼ਰਮ ਆਉਣੀ ਚਾਹੀਦੀ। ਕੀ ਗੱਲ, ਆਉਂਦੇ ਨੇ ਆਪਣੀਆਂ ਸਿਫਤਾਂ ਸ਼ੁਰੂ ਕਰ ਲਈ, ਮੈਂ ਲੱਖਾਂ ਰੁਪਏ ਕੋਠੀ ਤੇ ਲਾ ਤੇ ਸਾਲਾ ਚਾਟੀ ਦੱਸਦਾ ਰਿਹਾ ਨਾ ਸਾਲੇ ਦਾ ਸਾਲਾ ਹੀ। ਹੁਣ ਦੱਸੋ ਭੈਣ ਦਿੱਤੀ ਹੈ, ਰਿਸ਼ਤਾ ਥੋੜਾ ਬਦਲਣ ਲੱਗਿਆ? ਆਪਾਂ ਤਾਂ ਸਾਰੀ ਉਮਰ ਤੁਹਾਡੇ ਤੋਂ ਸਾਲਾ ਸਾਹਿਬ ਅਖਵਾਉਣ। ਆ ਸਾਹਿਬ ਸੂਬ ਤੂੰ ਆਪਣੇ ਪੱਲਿਓਂ ਪਾਇਆ, ਮੈਂ ਇਕੱਲਾ ਸਾਲਾ ਕਿਹਾ। ਕਹੋ ਸਾਲਾ ਹੀ ਕਹੋ। ਤੇਰੇ ਲਈ ਇੱਕ ਆਪਸ਼ਨ ਆ। ਕੀ? ਤੂੰ ਸਾਲਾ ਮੈਨੂੰ ਕਹਿ ਲਿਆ ਕਰ ਆਪਣੀ ਭੈਣ ਨੂੰ ਵਾਪਸ ਲੈ ਜਾ ਕਰੇ, ਦੁਖੀ ਕੀਤਾ ਪਿਆ ਮੈਨੂੰ ਉਹਨੇ। ਲੱਗਦਾ ਅੱਜ ਸਜਾ ਯੁੱਧ ਹੋ ਕੇ ਹਟਿਆ। ਪਹਿਲੀ ਵਾਰੀ ਹੋਇਆ, ਚੱਲ ਇਹਨੂੰ ਛੱਡ, ਆਏ ਦਾ ਸਿੰਨੇ ਦਿਨ ਹੋ ਗਏ, ਤੈਨੂੰ ਆਏ ਨੂੰ ਆਇਆ ਕਿਉਂ ਨੀ? ਮੇਰਾ ਤਾਂ ਬਥੇਰਾ ਦਿਲ ਕਰਦਾ ਭੈਣ ਦੇ ਘਰੇ ਆਹਾਂ, ਪਰ ਫਿਰ ਉਹ ਮੁਹਾਵਰਾ ਮਾਰ ਜਾਂਦਾ। ਕਿਹੜਾ ਮੁਹਾਵਰਾ? ਅਖੇ ਭੈਣ ਘਰੇ ਪਾਈ ਕੁੱਤਾ, ਸਹੁਰੇ ਘਰੇ ਜਵਾਈ ਕੁੱਤਾ। ਭੈਣ ਕਰ ਭਾਈ ਉਹ ਕੁੱਤਾ ਹੁੰਦਾ ਜਿਹੜਾ ਲਗਾਤਾਰ ਭੈਣ ਦੇ ਘਰੇ ਰਹੇ। ਜਿਹੜਾ ਤੇਰੇ ਵਾਂਗੂ ਹਫਤੇ ਚ ਪੰਜ ਚਾਰ ਦਿਨ ਰਹੇ ਨਾ, ਉਹਨੂੰ ਕੁੱਤਾ ਨੀ ਕਤੂਰਾ ਕਹਿੰਦੇ ਆ। ਹੋਰ ਸੁਣਾ ਹੌਲਦਾਰਾ ਕੀ ਹਾਲ ਹੈ? ਇਹੋ ਜਿਹਾ ਗੰਦਾ ਲਾਣਾ ਘਰ ਚ ਇੱਕ ਤੋਂ ਇੱਕ ਸਿਆਣ, ਪਿਓ ਨੇ ਸਸਪੈਂਡ ਕਰਤਾ ਤੇ ਪੁੱਤ ਨੇ ਡਿਮੋਟ ਕਰਤਾ, ਸਾਲਾ ਹੌਲਦਾਰੀ ਦੱਸਦਾ। ਉਹ ਜੀਜਾ ਗੁੱਸਾ ਕਿਉਂ ਕਰਦਾ? ਸਾਡੇ ਵੰਨੀ ਤਾਂ ਜੇ ਪੁਲਿਸ ਵਾਲਾ ਸਸਪੈਂਡ ਨਾ ਹੋਵੇ, ਉਹਨੂੰ ਪੁਲਿਸ ਵਾਲਾ ਮੰਨਦੇ ਨੀ ਲੋਕ। ਤੂੰ ਹੁਣ ਜ਼ਖਮਾਂ ਤੇ ਨੂਣ ਭੁੱਕਣਾ ਆ? ਨਹੀਂ ਛਿੜਕਾ ਕਰਨਾ ਹੈ। ਕਾਹਦਾ ਛਿੜਕਾ? ਆ ਲੋ ਸੈਨੀਟਾਈਜ਼ਰ। ਸੈਨੀਟਾਈਜ਼ਰ? ਇਹ ਕਿਹੋ ਜਿਹਾ ਸੈਨੀਟਾਈਜ਼ਰ ਆ?
ਇਹ ਕੱਲਾ ਅਸਰ ਨਹੀਂ ਕਰਦਾ, ਭੁਜੀਆ ਲਿਆਉਣਾ ਪੈਂਦਾ ਨਾਲ। ਭੁਜੀਆ ਕਿਹੜਾ ਦੂਰ ਪਿਆ, ਆ ਪਿਆ ਹੁਣ ਪਾਉਣੇ ਆਪਾਂ। ਇਹ ਪਹਿਲਾਂ ਡੱਕੇ ਫਿਰਦੇ ਆ। ਹੁਣ ਪਾਣੀ ਵੀ ਮੰਗੇਗਾ? ਨਾ, ਇੰਨਾ ਕੁ ਵੇਖ ਕੇ ਤਾਂ ਪਾਣੀ ਮੂੰਹ 'ਚ ਹੀ ਆ ਜਾਂਦਾ। ਲਓ ਹੁਣ ਖਿੱਚੋ। ਤੇਰਾ ਪੜੋਈਆ ਸਸਪੈਂਡ ਹੋਇਆ, ਕੋਈ ਰਿਟਾਇਰ ਨਹੀਂ ਹੋਇਆ ਜਿਹੜਾ ਪਾਰਟੀਆਂ ਕਰਦਾ ਫਿਰਦਾ। ਦੇਖੋ ਪਟਵਾਰੀ ਸਾਹਿਬ, ਦਾਰੂ ਵੀ ਰੱਬ ਨੇ ਕੀ ਚੀਜ਼ ਬਣਾਈ ਹੈ। ਖੁਸ਼ੀ ਹੋਵੇ ਤਾਂ ਦਾਰੂ, ਦੁੱਖ ਹੋਵੇ ਤਾਂ ਦਾਰੂ, ਗਮੀ ਹੋਵੇ ਤਾਂ ਦਾਰੂ, ਗਾਉਣਾ ਹੋਵੇ ਤਾਂ ਦਾਰੂ, ਰੋਣਾ ਹੋਵੇ ਤਾਂ ਦਾਰੂ। ਤੁਸੀਂ ਉਹ ਗੀਤ ਨੀ ਸੁਣਿਆ? ਪੀਣੇ ਵਾਲੋ ਕੋ ਪੀਣੇ ਕਾ ਬਹਾਨਾ ਚਾਹੀਏ। ਖਿੱਚੋ ਕਨਗੋ ਸਾਹਿਬ। ਸ਼ੁਕਰ, ਸਾਲਾ ਉੱਪਰ ਨੂੰ ਤਾਂ ਗਿਆ, ਮੈਨੂੰ ਤਾਂ ਲੱਗਦਾ ਸੀ ਪਟਵਾਰੀ ਤੋਂ ਵੀ ਥੱਲੇ ਸਿੱਟੂ। ਤੈਨੂੰ ਕੀ ਪਤਾ ਓਏ, ਸਾਲਿਆ ਜੀਜੇ ਤੋਂ ਸਿੱਧਾ ਤੂੰ ਤੜਕ ਤੇ ਹੋ ਗਿਆ। ਇੰਨੀ ਕਰਾਮਾਤ ਅੰਗਰੇਜ਼ੀ ਦਾਰੂ ਚ ਤਾਂ ਨਹੀਂ ਹੋ ਸਕਦੀ। ਇਹ ਘਰ ਦੀ ਗੱਡੀ ਹੈ, ਮੈਂ ਕੋਲ ਬਹਿ ਕੇ ਕਢਾਈ ਹੈ ਭਾਈ ਸਾਹਿਬ। ਕੁੱਕੜਾ ਇੱਕ ਗੱਲ ਕਹਾਂ, ਗੁੱਸਾ ਤਾਂ ਨਹੀਂ ਕਰੇਗਾ? ਨਾ, ਤੇਰਾ ਬੁੜਾ ਹੈ ਬੜੀ ਕੁੱਤੀ ਚੀਜ਼, ਆਪਣੇ ਮੁੰਡੇ ਦੀਆਂ ਕੱਛ ਚ ਤੇ ਜਵਾਈ ਦੀਆਂ ਹੱਥ ਚ। ਮੁੰਡਾ ਕੋਲ ਬਹਿ ਕੇ ਘਰੇ ਘਰ ਦੀ ਦਾਰੂ ਕਢਵਾ ਸਕਦਾ, ਪਰ ਜਵਾਈ ਕਿਸੇ ਦੀ ਜੇਬ ਚੋਂ ਪੈਸੇ ਨਹੀਂ ਕਢਾ ਸਕਦਾ। ਲੱਗਦਾ ਹਰੇ ਗਮ ਭੁੱਲਿਆ ਨਹੀਂ ਨੈਬ ਤਹਿਸੀਲਦਾਰ ਸਾਹਿਬ। ਇਹੋ ਜਿਹੇ ਗਮ ਕਿਤੇ ਭੁੱਲਦੇ ਆ, ਇਹ ਤਾਂ ਸਾਰੀ ਉਮਰ ਜ਼ਖਮ ਰੜਕਦੇ ਰਹਿੰਦੇ ਆ। ਸਹੀ ਗੱਲ ਆ, ਆਪਣੇ ਪਿੰਡ ਵਾਲਾ ਕਿਲਾ ਸਰਪੰਚ ਨੀ, ਮੈਨੂੰ ਕਹਿੰਦਾ ਸ਼ੇਰ ਸਿੰਘ ਤਹਿਸੀਲਦਾਰ ਜੋ ਅਮਰੀਕਾ ਗਿਆ ਮੁੜ ਕੇ ਪਿੰਡ ਹੀ ਨਹੀਂ ਆਇਆ। ਅੱਛਾ, ਤਹਿਸੀਲਦਾਰ ਸਾਹਿਬ ਅਮਰੀਕਾ ਜਾਏ ਤੇ ਮੈਨੂੰ ਪਤਾ ਹੀ ਨੀ? ਜੇ ਤਹਿਸੀਲਦਾਰ ਨੂੰ ਪਤਾ ਹੁੰਦਾ ਤਾਂ ਘੱਟੋ ਘੱਟ ਜੋਬ ਡੇਨ ਨੂੰ ਵਧਾਈਆਂ ਤਾਂ ਦੇ ਆਉਂਦਾ। ਲੈ, ਉਹਨੂੰ ਕਿਵੇਂ ਮਿਲਦਾ? ਲਵੇਨ ਨੂੰ ਮਰੇ ਨੂੰ ਹੋ ਗਏ ਕਈ ਵਾਰੇ। ਜੇ ਲਡੇਨ ਮਰ ਗਿਆ ਤੇ ਤੇਰਾ ਕੈਲਾ ਸਰਪੰਚ ਜਿਉਂਦਾ? 7 ਸਾਲ ਹੋ ਗਏ ਸਾਲੇ ਨੂੰ ਮਰੇ ਨੂੰ। ਫਿਰ ਮੈਨੂੰ ਕਿਹੜਾ ਸਾਲਾ ਪੁੱਛ ਗਿਆ? ਚੱਲ ਕੋਈ ਨੀ, ਦੂਜਾ ਸੈਨੀਟਾਈਜ਼ਰ ਇੱਥੇ ਹੀ ਪਿਆ ਰਹਿਣ ਦੇ, ਹੱਥ ਨੀ ਲਾਉਣਾ ਇਹਨੂੰ। ਤੂੰ ਇਹਦੇ ਚੋਂ ਨਹੀਂ ਪੀਣੀ। ਕਿਉਂ, ਮੈਂ ਕਿਉਂ ਨੀ ਪੀਣੀ? ਮੈਂ ਪੀਊਂਗਾ ਪਰ ਤੁਸੀਂ ਨੀ ਪੀਣੀ SDM ਸਾਹਿਬ। ਕਿਉਂ ਵੀ SDM ਸਾਹਿਬ ਕਿਉਂ ਨੀ ਪੀ ਸਕਦਾ? ਤੁਹਾਨੂੰ ਦਾਰੂ ਚੜ ਗਈ, ਤੂੰ ਕਿਵੇਂ ਕਹਿ ਸਕਦਾ ਮੈਂ ਸ਼ਰਾਬੀ ਹੋ ਗਿਆ? ਮੈਨੂੰ ਤੁਸੀਂ ਧੁੰਦਲਾ ਧੁੰਦਲਾ ਦਿਸਣ ਲੱਗ ਪਏ। ਚੱਲ ਦਵਾ, ਉਹ ਆਪਣੇ ਘਰ ਨੂੰ ਨਿਕਲੇ ਤੋਂ ਬਾਅਦ ਬਸ ਠੰਡੇ ਠੰਡੇ ਨਿਕਲ। ਚੱਲ ਨੰਬਰਦਾਰਾ, ਮੇਰੀ ਬੇਇੱਜ਼ਤੀ ਨਾ ਕਰ ਤੂੰ। ਤੇਰੀ ਉਹ ਭੈਣ ਨੂੰ ਜ਼ਾਲਿਆ SDM ਤੋਂ ਸਿੱਧਾ ਲਿਆ ਕੇ ਨੰਬਰਦਾਰ ਤੇ ਸਿੱਟਤਾ, ਤੈਨੂੰ ਵਿੱਚ ਵਿਚਾਲੇ ਕੋਈ ਪੋਸਟ ਨਹੀਂ ਦਿਖੀ? ਭੈਣੇ ਭੈਣੇ, ਲੱਗਦੀ ਤਾਂ ਮੇਰੇ ਵੀਰ ਵਰਗੀ ਆਵਾਜ਼ ਹੈ। ਭੈਣੇ ਚੁੱਪ ਸਾਲਿਆ, ਭੈਣ ਨੂੰ ਕਿਉਂ ਬੁਲਾਉਣਾ? ਚੁੱਪ। ਫਿਰ ਇਹ ਕਦੋਂ ਆਇਆ, ਮੈਨੂੰ ਪਤਾ ਹੀ ਨਹੀਂ ਲੱਗਿਆ। ਭੈਣੇ ਆਈ ਜੀਜੇ ਕੋਲੇ, ਭੈਣੇ ਕਿਉਂ ਸਾਲਿਆ ਕੱਟੇ ਵਾਂਗੂ ਰਾਟ ਪਾਇਆ? ਕੀ ਹੋਇਆ ਵੀਰੇ? ਦੇਖ ਲੈ ਭੈਣੇ, ਜੀਜੇ ਨੇ ਮੈਨੂੰ ਭੈਣ ਦੀ ਗੱਲ ਕੱਢੀ। ਮੈਂ ਤਾਂ 20-15 ਦਿਨ ਤੇਰੇ ਕੋਲੇ ਰਹਿਣ ਆਇਆ ਸੀ, ਇਹ ਮੈਨੂੰ ਕੱਢਣ ਨੂੰ ਫਿਰਦਾ। ਕਿਹੜਾ ਜੰਮਿਆ ਮੇਰੇ ਵੀਰ ਨੂੰ ਘਰੋਂ ਕੱਢਣ ਵਾਲਾ? ਹਾਂ, ਮੈਂ ਜਹਾਨੋਂ ਨਹੀਂ ਕੱਢ ਦੂੰ। ਬਸ ਕਿਹਦੀ ਇਹ ਕਮੀ ਰਹਿੰਦੀ ਸੀ, ਮੈਂ ਉਹਨੇ ਨੌਕਰੀਓਂ ਕੱਢਤਾ, ਪੁੱਤ ਘਰੇ ਦਾਰੂ ਕੱਢੀ ਜਾਂਦਾ ਤੇ ਦੀ ਜਹਾਨੋਂ ਕੱਢਣ ਨੂੰ ਫਿਰਦੀ ਆ। ਵੀਰੇ, ਇਹਨੇ ਜਿੰਨਾ ਚਿਰ ਸਸਪੈਂਡ ਰਹਿਣਾ ਨਾ, ਮੇਰਾ ਦਿਮਾਗ ਏਦਾਂ ਹੀ ਖਾਣਾ। ਤੂੰ ਦੱਸ ਰਾਤ ਦੇ ਖਾਣੇ ਚ ਕੀ ਖਾਣਾ? ਕੁੱਕੜ ਸਿੰਘ ਦਾ ਕੁੱਕੜ ਹੀ ਖਾਊ। ਕਦੇ ਦਾਲ ਵੀ ਖਾ ਲਿਆ ਕਰ। ਦਾਲ ਬਥੇਰੀ ਚੁਗ ਚੁਗ ਖਾ ਲਈ ਕੁੱਕੜ ਨੇ। ਲੈ, ਮੈਂ ਤੇਰੇ ਵਾਸਤੇ ਹੁਣੇ ਕੁੱਕੜ ਬਣਾਉਣੀ ਆ। ਮੈਂ ਵੀ ਆਉਣਾ ਭੈਣੇ, ਮੈਂ ਆ ਕੇ ਲਸਣ ਚੀਰਦਾ, ਟਮਾਟਰ ਟਮੂਟਰ ਮਸਾਲਾ ਕਰਮ ਰੱਖੀ, ਮਾੜਾ ਜਾ ਆ ਜਾਂਦਾ। ਸਾਲੇ ਡੰਗਰ ਜੇ ਨੂੰ ਇਹ ਨੀ ਪਤਾ ਲਸਣ ਚੀਰੀ ਦਾ ਕਿ ਛਿੱਲੀ ਦਾ। ਕਿੱਦਾਂ ਦਾ ਟੱਬਰ, ਕੋਈ ਚੜੀ ਲੱਥੀ ਦੀ ਨੀ?
ਸਾਲੇ ਮੇਰੇ ਸਸਪੈਂਸ਼ਨ ਦੇ ਜਸ਼ਨ ਮਨਾਉਂਦੇ ਫਿਰਦੇ ਆ। ਹੋਰਾਂ ਨਹੀਂ ਚਿਹਰੇ ਤੇ ਸ਼ਿਕਨ, ਪਤਾ ਨਹੀਂ ਕਿਵੇਂ ਹਜ਼ਮ ਕਰਨਗੇ ਚਿਕਨ। ਇੱਧਰ ਸਾਲੀ ਖਿਚੜੀ ਨਹੀਂ ਅੰਦਰ ਜਾਂਦੀ। ਐਸਐਚਓ ਸ਼ੇਰ ਸਿੰਘ काफी लेट हो गए जी, आज कित्थे रह गए से तुसी? मैं अपने एक दोस्त कोल सी। सिमी कित्थे है? वो ता तुहाडी वेट करदे करदे सौंगी। चलो कोई गल नहीं, मैं उहदे नाल सवेरे गल कर लांगा। गल? सिमी नाल की गल करनी सी तुसी? वो ता पहले ही बहुत परेशान है, तुसी उहदे नाल कोई एदां दी गल ना करियो जिहदे नाल। तैनू की लगदा मेरी धी परेशान है ते मैं खुश हां? तू इह कहना चाहुंदी है कि मैं उहदा बुरा चाहुंदा? नहीं नहीं, मेरा वो मतलब नहीं है। देख कुलजीत, सिमी अजे बच्ची है, उन्हूं चंगे माड़े दी समझ नहीं है, पर सानू तो है ना, डुबदे नाल डुबना चंगी गल नहीं हुंदी है। अजे भी समय है, अजे भी कुछ नहीं विगड़िया। सिमी दे बचपने करके मैं सिमी दा फ्यूचर खराब हुंदा नहीं देख सकता। मतलब? मैं उदे वास्ते एक मुंडा वेखिया, उन्होंने भी सिमी बहुत पसंद है। तू बस सिमी नू मना ले ते फिर आपां उस मुंडे दा व्याह सिमी नाल करा दांगे। किद्दां दीआं गल्लां कर रहे हो तुसी? कि एदां रिश्ता तोड़ना ठीक है? लोग की कहणगे? तू लोकां दी फिकर ना कर, बस सिमी नू मना ले। जी सिमी, की होया बच्चे, तू सुत्ती नहीं हले? नहीं मम्मी, अजे तो नहीं। तुसी नहीं सुत्ते? नहीं, बस मैं तेरे डैडी नाल गल कर रही सी, सोचा तेरे नाल भी गल करावा। अच्छा, की कहंदे फिर डैडी? तेरे डैडी कहंदे कि उन्हां दी नजर च एक मुंडा है, आपां उहदे नाल सिमी दा व्याह कर दिंदे आ। आपां इदां किद्दां कर सकदे उहनां नाल? इदां रिश्ता तोड़ना ठीक नहीं हुंदा, तुसी प्लीज उहनां नूं समझाओ। पर पुत, असीं उहनां नाल इदां रिश्ता जोड़ के बदनामी भी तां नहीं लै सकदे ना। ठीक है, जे तुसी लोका अखे लग के रिश्ता तोड़ना है ते तोड़ दो, पर मेरी भी एक गल सुन लो, जदों तक मेरी स्टडी कंप्लीट नहीं हुंदी ना, उदों तक मेरे नाल व्याह दी गल ना करियो। पर पुत, ए की गल हुई? ए मेरा हुन आखरी फैसला है, इस तों अगे कोई गल ना करियो। जिवें तेरी मर्जी। देख ला हुण तू जो मर्जी कर ला। मेरे नाल क्यों नाराज हो रहे हो? मैं की कीता है? बस सिमी, मैनू एक गल दा पता लग गई आ, बंदे दे माड़े टाइम च बंदे नाल कोई नहीं खड़ा। तुसीं एदां क्यों कह रहे हो? सिमी हुण तू सोचा, मैनू बहुत नींद आ रही आ। ठीक है। ਕੀ ਗੱਲ ਭਾਂਜੀ, ਜਾਗੀ ਜਾਂਦਾ? ਨੀਂਦ ਨਹੀਂ ਆਉਂਦੀ? ਨਹੀਂ ਮਾਮਾ, ਨੀਂਦ ਨਹੀਂ ਆ ਰਹੀ। ਨੀਂਦ ਵਾਸਤੇ ਇੰਨੀ ਕੁ ਲੈ ਲਾ ਦਵਾਈ? ਨਹੀਂ ਮਾਮਾ, ਨਹੀਂ। ਭਾਂਜਾ, ਆਪਾਂ ਤੇਰੇ ਪਾਪੇ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਯਾਰ। ਨਹੀਂ ਮਾਮਾ, ਨਹੀਂ। ਮੈਨੂੰ ਲੱਗਦਾ ਅੱਜ ਤੇਰੀ ਸਹੇਲੀ ਤੇਰੇ ਨਾਲ ਗੱਲ ਕਰਨ ਵਾਸਤੇ ਮੰਨੀ ਨਹੀਂ। ਮਾਮਾ ਕਿਉਂ ਮਜ਼ਾਕ ਕਰੀ ਜਾ ਰਹੇ ਹੋ ਯਾਰ? ਬਸ ਕਰੋ ਯਾਰ, ਇੱਧਰ ਤੁਹਾਡੇ ਭਾਂਜੇ ਦਾ ਘਰ ਟੁੱਟ ਰਿਹਾ ਵਾ। ਹੋਇਆ ਕੀ? ਬਸ ਮਾਮਾ ਤੈਨੂੰ ਪਤਾ ਹੀ ਆ,
ਜਦੋਂ ਇੱਕ ਪ੍ਰੋਬਲਮ ਆਉਂਦੀ ਹੈ ਕਈ ਪ੍ਰੋਬਲਮ ਨਾਲ ਲੈ ਕੇ ਆਉਂਦੀ ਹੈ। ਯਾਰ ਖੁੱਲ ਕੇ ਦੱਸ ਐਵੇਂ ਤੂੰ ਬਾਜ਼ਾਰ ਚਾਹੀਆਂ ਨਾ ਪਾ। ਮਾਮਾ ਜੀ ਮੰਮੀ ਨੂੰ ਨਾ ਦੱਸਿਓ। ਨਹੀਂ ਦਾਦਾ, ਸਿੰਮੀ ਦਾ ਫੋਨ ਆਇਆ ਸੀ। ਅੱਛਾ, ਰਿਸ਼ਤੇਦਾਰ ਮਨਾ ਕਰ ਰਹੇ ਨੇ ਵਿਆਹ ਨੂੰ, ਦੱਸੋ ਕੀ ਕਰਾਂ। ਹੂੰ, ਇਹ ਰਿਸ਼ਤੇਦਾਰਾਂ ਦੀ ਮੈਂ ਜਿਹੜੇ ਰਿਸ਼ਤੇਦਾਰ ਹੁੰਦੇ ਆ ਨਾ, ਸਭ ਤੋਂ ਵੱਧ ਇਹਨਾਂ ਦਾ ਹੱਥ ਹੁੰਦਾ ਕਿਸੇ ਦਾ ਘਰ ਤੋੜਨ ਚ। ਵੀ ਤੁਸੀਂ ਆਪਦੇ ਘਰੇ ਰਹੋ, ਤੁਸੀਂ ਸਾਥੋਂ ਟਿੰਡੀਆਂ ਲੈਣੀਆਂ ਯਾਰ। ਸਹੀ ਗੱਲ ਹੈ ਮਾਮਾ, ਪਤਾ ਨੀ ਕੀ ਬਣੂਗਾ। ਬਣਨਾ ਕੀ ਆ, ਤੂੰ ਮੂੰਹੋਂ ਬੋਲ, ਮੈਂ ਅੱਜ ਰਿਸ਼ਤਾ ਕਰਾ ਦੇਣਾ। ਪੁੱਤ, ਸਕੂਲ ਚ ਮੇਰੀ ਸਹੇਲੀ ਪੜ੍ਹਦੀ ਸੀ, ਗਿੱਠ ਲੰਮੀ ਤਾਨ ਜੱਟੀ ਦੀ, ਮੋਰਾ ਤਰ੍ਹਾਂ ਪਹਿਲਾਂ ਪਾਉਂਦੀ ਸੀ ਜਦੋਂ ਤੁਰਦੀ ਸੀ। ਤੂੰ ਇੱਕ ਵਾਰ ਮੂੰਹੋਂ ਬੋਲ, ਮੈਂ ਉਹਦਾ ਰਿਸ਼ਤਾ ਕਰਾ ਦੇਣਾ। ਉਹ ਮਾਮਾ, ਆਪਣੀ ਮਾਂ ਦੀ ਉਮਰ ਥੋੜੀ ਲਿਆਣੀ ਆ। ਓਏ, ਵੱਡੀ ਉਮਰ ਦੇ ਨੂੰ ਜ਼ਿਆਦਾ ਤਜਰਬਾ ਹੁੰਦਾ, ਤੈਨੂੰ ਨਿਆਣਿਆਂ ਤਾਂ ਰੱਖੂਗੀ ਉਹ। ਓ ਮਾਮਾ, ਜਾ ਸੌਂ ਜਾ ਕੇ, ਬਹੁਤ ਟਾਈਮ ਹੋ ਗਿਆ। ਮੈਨੂੰ ਨਾ ਉਹਨਾਂ ਦੇ ਘਰੇ ਲੈ ਕੇ ਚੱਲ ਮੁੰਡੇ ਵਾਲਿਆਂ ਦੇ, ਉਹ ਦਾਜ ਮੰਗਦੇ ਆ ਨਾ। ਮੈਨੂੰ SSP ਦਾ ਮੁੰਡਾ ਨਾ ਸਮਝੀ, ਜੇ ਸਾਰਾ ਟੱਬਰ ਅੰਦਰ ਨਾ ਕਰਾਦਾ, ਮੈਨੂੰ ਕੁੱਕੜ ਨਾ ਜਾਣੀ ਕੁੱਕੜ ਕੇ ਲੋਏ। ਓ ਮਾਮਾ, ਕਿਹੜਾ ਮੁੰਡਾ, ਕਿਹਦਾ ਮੁੰਡਾ, ਉਹ ਕੁੜੀ ਵਾਲੇ ਆ। ਫਿਰ ਜੋ ਵੀ ਹੈ ਉਹਨਾਂ ਦੇ ਲੈ ਜਾ, ਜਿਹੜੇ ਤੈਨੂੰ ਤੰਗ ਕਰਦੇ ਆ ਭਾਣ ਜਾ। ਮਾਮਾ, ਜੇ ਤੈਨੂੰ ਲੈ ਗਿਆ ਨਾ, ਜਿਹੜੀ ਥੋੜੀ ਜਿਹੀ ਉਮੀਦ ਆ ਨਾ, ਉਹ ਵੀ ਟੁੱਟ ਜੂ। ਇਹਦਾ ਮਤਲਬ ਮਾਮੇ ਦੀ ਲੋੜ? ਕੋਈ ਲੋੜ ਨੀ ਮਾਮਾ, ਕੋਈ ਲੋੜ ਨੀ, ਕੋਈ ਲੋੜ ਨੀ। ਸੌ ਜਾ, ਸੌ ਜਾ, ਸੋਚ ਲਾ, ਸੌ ਜਾ। ਉਹ ਸੌ ਜਾ ਮਾਮਾ, ਸੌ ਜਾ, ਮਰਜ਼ੀ ਆ ਭਾਣ ਜਾ, ਲੋੜ ਪਈ ਤੈਨੂੰ। ਕੱਲੀ ਲੱਗੀ ਪਈ ਆ ਰਸੋਈ ਚ, ਪ੍ਰਾਹੁਣਾ ਨੀ ਦਿੱਤਾ? ਉਹ ਮਾਰਕੀਟ ਗਏ ਨੇ। ਤੜਕੇ ਤੜਕੇ ਮਾਰਕੀਟ, ਕੀ ਲੈਣ ਗਿਆ? ਮੈਨੂੰ ਕਿਹੜਾ ਦੱਸ ਪੁੱਛ ਕੇ ਜਾਂਦੇ ਨੇ। ਸਾਲੇ ਲਿਬੜੇ ਜੇ ਦੀ ਇੰਨੀ ਹਿੰਮਤ, ਤੇਰੀ ਪਰਮਿਸ਼ਨ ਤੋਂ ਬਿਨਾਂ ਹੀ ਜਾਂਦਾ ਰਹਿੰਦਾ। ਹੋਰ ਗੱਲ ਸੁਣ, SSP ਮੇਰਾ ਯਾਰ ਹੈ, 2 ਕਿਲੋ ਭੁੱਕੀ ਪਵਾ ਦੇਣਾ, ਤੱਕਲੇ ਵਰਗਾ ਸਿੱਧਾ ਹੋ ਜਾਊਗਾ। ਤੇਰਾ ਯਾਰ ਨੀ, ਤੇਰਾ ਬਾਪ SSP। ਫਿਰ ਬੇਅੰਤ ਸਿੰਘ ਕੌਣ ਹੋਇਆ? ਉਹ ਦਰਜੀ ਹੈ ਜਿਹੜਾ ਪਾਪਾ ਜੀ ਦੀ ਵਰਦੀ ਸਿਲਦਾ। ਵੀਰੇ, ਤੈਨੂੰ ਇਹਨਾਂ ਗੱਲਾਂ ਕਰਕੇ ਹੀ ਨਾ ਭਾਬੀ ਤੈਨੂੰ ਛੱਡ ਕੇ ਗਈ ਹੈ। ਹੁਣ ਇਹ ਸੋਚਣਾ ਪੈਣਾ ਵੀ ਮੇਰਾ ਯਾਰ ਕਿਹੜਾ ਸੀ। ਚੱਲ ਛੱਡ ਪਰਾਂ, ਹੈਪੀ ਸਵੇਰ ਦਾ ਉੱਠਿਆ ਹੀ ਨੀ। ਤੜਕੇ ਤੜਕੇ ਅਖਬਾਰ ਪੜ੍ਹੀ ਜਾਂਦਾ ਸੀ, ਪੱਲ ਚੜ ਗਿਆ ਜਾਂਦਾ। ਇਹ ਲਿਆ ਆ ਗਿਆ। ਪੈਰੀ ਪੈਣਾ ਮੰਮੀ ਜੀ। ਕਿਉਂ ਬੇ, ਸਵੇਰ ਦਾ ਉੱਠ ਕੇ ਮਾਂ ਨੂੰ ਮਿਲਣ ਨੀ ਆਇਆ? ਤੜਕੇ ਤੜਕੇ ਕੁੜੀਆਂ ਦੀਆਂ ਫੋਟੋਆਂ ਵੇਖੀ ਜਾਂਦਾ ਸੀ, ਕਹਿੰਦਾ ਮੈਂ ਤਾਂ ਹੋਰ ਨਾ ਵਿਆਹ ਕਰਾਊਂਗਾ। ਉਹ ਬਸ ਕਰੋ ਮਾਮਾ ਜੀ, ਕੀ ਬੋਲੀ ਜਾ ਰਹੇ ਹੋ? ਆ ਦੇਖੋ ਮੰਮੀ ਜੀ, ਪੰਜਾਬ ਪੁਲਿਸ ਦੀਆਂ ਭਰਤੀਆਂ ਨਿਕਲੀਆਂ ਨੇ, ਮੈਂ ਟੈਸਟ ਦੇਣਾ, ਕੀ ਪਤਾ ਮੇਰੀ ਸਿਲੈਕਸ਼ਨ ਹੀ ਹੋ ਜਾਵੇ। ਕੀ ਲੋੜਾ, ਆਪਦੇ ਪਿਓ ਦੇ ਥਾਂ ਤੇ ਲੱਗ ਜਾ। ਵੀਰੇ, ਕੀ ਬੋਲੀ ਜਾਂਦਾ, ਪੁੱਤ ਤੇਰਾ ਤਾਂ ਵਿਆਹ ਰੱਖਿਆ ਹੋਇਆ, ਨਾਲੇ ਹਲੇ ਤਾਂ ਤੂੰ ਅੱਗੇ ਹੋਰ ਪੜ੍ਹਨਾ। ਨਹੀਂ ਮੰਮੀ ਜੀ, ਮੈਂ ਅਜੇ ਵਿਆਹ ਨਹੀਂ ਕਰਾਉਣਾ। ਕਰਾ, ਜੇ ਜੇ ਤੇਰੇ ਪਿਓ ਨੇ ਲੱਲਰ ਲਾ ਤੇ ਹੋ ਜੇ, ਤੂੰ ਲਾ ਦੇਗਾ। ਪਰ ਪੁੱਤ, ਤੂੰ ਇਹ ਕੀ ਕਹਿ ਰਿਹਾ? ਮੈਂ ਸਹੀ ਕਹਿ ਰਿਹਾ ਵਾਂ, ਨੌਕਰੀ ਦੇ ਨਾਲ ਨਾਲ ਮੈਂ ਪੜ੍ਹਦਾ ਰਹਾਂਗਾ, ਇੱਕ ਵਾਰੀ ਵੱਡਾ ਅਫਸਰ ਬਣਾਂ, ਉਸ ਤੋਂ ਬਾਅਦ ਵਿਆਹ ਬਾਰੇ ਸੋਚਾਂਗਾ, ਪਰ ਅਜੇ ਨਹੀਂ। ਖੈਰ, ਕਹਿ ਤਾਂ ਸਹੀ ਰਿਹਾ ਏ, ਅਸੀਂ ਤਾਂ ਤੇਰਾ ਵਿਆਹ ਰੱਖਿਆ ਹੋਇਆ, ਤੂੰ ਕਹੀ ਕੀ ਜਾਂਦਾ? ਹਾਂ, ਨਹੀਂ ਮੰਮੀ ਜੀ, ਤੁਸੀਂ ਉਹਨਾਂ ਨੂੰ ਜਵਾਬ ਦੇ ਦਿਓ, ਨਹੀਂ ਤਾਂ ਮੈਂ ਸਿੰਮੀ ਨੂੰ ਕਹਿ ਦਿੰਦਾ ਵਾਂ ਜਿੱਥੇ ਵਿਆਹ ਕਰਾਉਣਾ ਕਰਾ ਲਵੇ। ਪਰ ਪੁੱਤ, ਪਤਾ ਲੱਗੇ ਕੀ ਗੱਲ ਹੋਈ ਹੈ। ਮੰਮੀ ਜੀ, ਤੁਸੀਂ ਨਹੀਂ ਚਾਹੁੰਦੇ ਤੁਹਾਡਾ ਪੁੱਤ ਅਫਸਰ ਬਣ ਜਾਵੇ? ਪੁੱਤ, ਇਹ ਤਾਂ ਹਰੇਕ ਮਾਂ ਦਾ ਸੁਪਨਾ ਹੁੰਦਾ ਵੀ ਉਹਦਾ ਪੁੱਤ ਕੁਛ ਨਾ ਕੁਛ ਬਣੇ। ਫਿਰ ਮੰਮੀ ਜੀ,
मेनू हुण कुछ बन लैण दो, मेनू अपना आशीर्वाद दिओ। जिउंदा रहि। ओए अफसर जिड्डा मर्जी बन जी, पर आ प्यो वालियां करतूतां ना करी। चल भैणे चाह बना, आंडा कदों दा उबल गया। हेलो। हेलो। हाँ सिमी, की होया? किथे हो तुसी? तू काम दस। मैं पिछले दो दिन तो तानू कॉल कर रही हूँ, तुसी ना फोन चक रहे हो ना मेरे नाल गल कर रहे हो। देख जिथे तेरे घर दे कह रहे ना, तू उथे व्याह करवा ला। ऐंदा क्यों कह रहे हो? नहीं हुण मैं सोच लिया, मैं जिंदगी च कामयाब इंसान बनना। ते फिर बन जो, मैं कदी रोकया तानू? बट ओदे चक्कर च तुसी मैनू क्यों भुल रहे हो? हुण सिर्फ मैनू मेरा फ्यूचर आ, उस तो अलावा मैनू जिंदगी च कुछ नहीं चाहिदा। तू भी नहीं ते साहब जी गल्ल आ, अज तो बाद मैनू फोन ना करी। गल तो सुनो। मेनू अजे सैटल होने बहुत टाइम लगना। तुसी ऐ क्यों कह रहे हो? ते उन्हां सपनिआं दा की होऊगा जिहड़े आपां मिल के देखे ने? किहड़े सुपनिआं दी गल कर रही आ सिमी? जिथे विश्वास नहीं ना हुंदा उथे प्यार कदे नहीं हो सकदा। तुसी ऐदा ना कहो, मैं तुहानू बहुत प्यार करदी आ। तू मैनू प्यार करदी आ? हाँ। ता एक मिंट उरे रुक। ठीक है। ले सिमी। ऐ की है? सिंदूर। सिंदूर? तू वाकई मेरे ना प्यार कर दी है ना? तू वाकई मेरे बिना रह नहीं सकती? तापा अजी ब्याह करावांगा, मैं तेरे ना वादा करना, जब तक सब कुछ ठीक नहीं हो जाता मैं किसी ना कोई गल नहीं करता। मैं अपने माँ प्यो तो बगैर है ब्याह नहीं करा सकती, तू मेरी मजबूरी समझ प्लीज। समझ तो मेनू आ गई सिमी, जिथे तेरे घर दे तेरा हाथ देंगे ना, तू प्यार ना उथे अपना हाथ फड़ाएंगी। तू मेरी गल क्यों नहीं समझ रहा? सब समझ गया हूं मैं। मेरी एक गल याद रखी सिमी, ये प्यार नहीं हुंदा, ये बेवफाई है।
ਕੀਤਾ ਸੀ ਪਿਆਰ ਪਿਆਰ ਸਾਡੇ ਵਿੱਚ ਕਿੱਥੇ ਕਮੀ ਰਹਿ ਗਈ ਕਰਦੀ ਰਹੀ ਕਿਉਂ ਸਾਡੇ ਪਿੱਠ ਪਿੱਛੇ ਵਾਰ ਪਿਆਰ ਸਾਡੇ ਵਿੱਚ ਕਿੱਥੇ ਕਮੀ ਰਹਿ ਗਈ ਕਰਦੀ ਰਹੀ ਕਿਉਂ ਸਾਡੇ ਪਿੱਠ ਪਿੱਛੇ ਵਾਰ ਓ ਬੇਵਫਾ ਓ ਬੇਵਫਾ ਬਿਕ ਕੇ ਮੈਂ ਪੂਰੀ ਕਰਦਾ ਰਿਹਾ ਸਾਡੀ ਗੋਲੀ ਵਿੱਚ ਭਾਵੇਂ ਕੱਖ ਨਾ ਰਿਹਾ ਤੇਰੇ ਸੁਪਨੇ ਪੂਰੇ ਕਰਦਾ ਰਿਹਾ ਸਾਡੀ ਗੋਲੀ ਵਿੱਚ ਭਾਵੇਂ ਕੱਖ ਨਾ ਰਿਹਾ ਤੇਰੇ ਸੁਪਨੇ ਪੂਰੇ ਕਰਦਾ ਰਿਹਾ ਓ ਬੇਵਫਾ ਓ ਬੇਵਫਾ ਰੱਬ ਵਸਦਾ ਮੈਨੂੰ ਕੀ ਪਤਾ ਸੀ ਤੇਰੇ ਝੂਠ ਸੱਚ ਦਾ ਅੱਖਾਂ ਬੰਦ ਐਤਬਾਰ ਕਰਦਾ ਰਿਹਾ ਇੱਕ ਤਰਫਾ ਹੀ ਪਿਆਰ ਕਰਦਾ ਰਿਹਾ ਅੱਖਾਂ ਬੰਦ ਐਤਬਾਰ ਕਰਦਾ ਰਿਹਾ ਇੱਕ ਤਰਫਾ ਹੀ ਪਿਆਰ ਕਰਦਾ ਰਿਹਾ ਓ ਬੇਵਫਾ ਓ ਬੇਵਫਾ ਉਹ ਬੱਲੇ ਪੁੱਤਰਾ ਜੋਸ਼ੋ ਵੀ ਆਇਆ ਪੈਰੀ ਪੈਣਾ ਚਾਚਾ ਜੀ ਜਿਉਂਦਾ ਰਹਿ ਨਹੀਂ ਚਾਚਾ ਜੀ ਡੈਡੀ ਨਹੀਂ ਆਏ ਅੱਜ ਮੇਰੇ ਪਿੰਡ ਚਾਚੇ ਦੀ ਕਿਵੇਂ ਯਾਦ ਆ ਗਈ ਤੈਨੂੰ ਚਾਚਾ ਜੀ ਦਿਲ ਨਹੀਂ ਲੱਗ ਰਿਹਾ ਸੀ ਸੋਚਿਆ ਤੁਹਾਨੂੰ ਮਿਲ ਕੇ ਆਵਾਂ ਘਰੇ ਗਿਆ ਤਾਂ ਪਤਾ ਲੱਗਿਆ ਤੁਸੀਂ ਗੁਰੂ ਘਰ ਆਏ ਹੋ ਇਸ ਕਰਕੇ ਸਿੱਧਾ ਹੀ ਉਰੇ ਆ ਗਿਆ ਬਾਪੂ ਨਾਲ ਤਾਂ ਝਗੜਾ ਨਹੀਂ ਹੋਇਆ ਫਿਲਹਾਲ ਤਾਂ ਝਗੜਾ ਆਪਣਿਆਂ ਨਾਲ ਹੀ ਹੋਇਆ ਜੀ ਵਕਤ ਬਦਲਦਿਆਂ ਲੋਕ ਕਿੰਨੀ ਜਲਦੀ ਬਦਲ ਜਾਂਦੇ ਨੇ ਇਹ ਹੁਣ ਪਤਾ ਲੱਗਿਆ ਚਾਚਾ ਜੀ ਇਹ ਤਾਂ ਦੁਨੀਆਂ ਦਾ ਦਸਤੂਰ ਹੈ ਪੁੱਤਰਾ ਦੁਨੀਆਂ ਦਾ ਦਸਤੂਰ ਹੈ ਮੈਂ ਬਹੁਤ ਨੇੜਿਓਂ ਦੇਖੀ ਆ ਦੁਨੀਆਂ ਤੇ ਦੁਨੀਆਂ 'ਚ ਵਸਦੇ ਲੋਕ ਸਿੰਮੀ ਦੇ ਡੈਡੀ ਜੋ ਖੁਦ ਚਾਹੁੰਦੇ ਸੀ ਕਿ ਸਿੰਮੀ ਦਾ ਰਿਸ਼ਤਾ ਮੇਰੇ ਨਾਲ ਹੋ ਜਾਵੇ ਇਹਦੇ ਡੈਡੀ ਜੇ ਸਸਪੈਂਡ ਹੋਏ ਨਾਲ ਦੀ ਨਾਲ ਹੀ ਉਹਨਾਂ ਦੇ ਵਿਚਾਰ ਬਦਲ ਗਏ ਢਲਦੇ ਸੂਰਜ ਨੂੰ ਕੋਈ ਨਹੀਂ ਦੇਖਦਾ ਪੁੱਤ ਸਭ ਚੜ੍ਹਦੇ ਸੂਰਜ ਨੂੰ ਸਲਾਮਾਂ ਕਰਦੇ ਨੇ ਸਭ ਚੜ੍ਹਦੇ ਸੂਰਜ ਨੂੰ ਤਾਂ ਹੀ ਤਾਂ ਕਹਿਣਾ ਹੁੰਦਾ ਮੈਂ ਕਿ ਜ਼ਿੰਦਗੀ 'ਚ ਕਾਮਯਾਬ ਹੋਣਾ ਲਾਜ਼ਮੀ ਹੈ ਸਹੀ ਹੈ ਚਾਚਾ ਜੀ ਹੁਣ ਮੈਂ ਇਹੀ ਸੋਚਿਆ ਕਿ ਜ਼ਿੰਦਗੀ 'ਚ ਕਾਮਯਾਬ ਹੋ ਕੇ ਦਿਖਾਊਂਗਾ ਕੁਛ ਕਰਕੇ ਦਿਖਾਊਂਗਾ ਸਹੀ ਫੈਸਲਾ ਲਿਆ ਪੁੱਤ ਸਹੀ ਜੀ ਚਾਚਾ ਜੀ ਤੂੰ ਦੇਖਦਾ ਜਾਈ ਜਦੋਂ ਤੂੰ ਕਾਮਯਾਬ ਹੋਣਾ ਸ਼ੁਰੂ ਹੋਇਆ ਨਾ ਉਹ ਲੋਕ ਜਿਨ੍ਹਾਂ ਨੇ ਤੇਤੋਂ ਅੱਖਾਂ ਫੇਰ ਲਈਆਂ ਉਹਨਾਂ ਦਾ ਨਜ਼ਰੀਆ ਹੀ ਬਦਲ ਜਾਊਗਾ ਆਪਾਂ ਤਾਂ ਇੱਥੇ ਗੱਲਾਂ ਕਰਨ ਲੱਗ ਗਏ ਆਹ ਕਰ ਨੂੰ ਚੱਲਦੇ ਨਹੀਂ ਚਾਚਾ ਜੀ ਹੁਣ ਮੈਂ ਚੱਲਦਾ ਫਿਰ ਕਦੇ ਮਾਰੂੰਗੇੜਾ ਮੈਨੂੰ ਆਸ਼ੀਰਵਾਦ ਦਿਓ ਹਾਂ ਆਸ਼ੀਰਵਾਦ ਬਾਬਾ ਜੀ ਦੇਣਗੇ ਤੈਨੂੰ ਬਾਬਾ ਜੀ ਮਿਹਰ ਕਰੋ ਜਿਉਂਦਾ ਰਹਿ ਚੰਗਾ ਵਾਹਿਗੁਰੂ ਸਿੰਮੀ ਕੀ ਹੋਇਆ ਪੁੱਤ ਤੂੰ ਕਿਉਂ ਰੋ ਰਹੀ ਹੈ
की होया? मम्मी, हैप्पी ने रिश्ता तोड़ता, उन्हें मैंनू व्याह करने वास्ते मना करता। हैप्पी एवं करता नहीं सकता, बेटा जरूर ओदी कोई मजबूरी रही होएगी। नहीं, ओदी कोई मजबूरी नहीं है, उन्हें भी पता लग गया है कि ओदे बुरे टाइम च ओदे नाल कोई भी नहीं है। पर तू तो हुण भी ओदे नाल है ना, तू तो रिश्ता नहीं तोड़िया। पर पापा ने ते मना कर दिता है। पुत, पापा दे कहन नाल की हुंदा? मैनू पता है, तू मेरी बहुत स्याणी धी है, तेनू भी अपनी जिंदगी का फैसला लैन का पूरा हक है। नाले हैप्पी दिल का बुरा नहीं है मुंडा। मैं समझ सकती हाँ कि समा जरूर बुरा चल रहा है, पर हैप्पी बुरा नहीं। नाले हुण तां उन्हूं अपनी जिम्मेवारियां का भी पूरा एहसास हो गया। हाँ जी मम्मी जी। तू हिम्मत ना हार, सब ठीक हो जाएगा, अजे भी कुछ नहीं विगड़िया। सिमी बेटा, तू इत्थे? पैरी पैने आंटी जी। जी आउंदी रह पुत, मैं तेरी आंटी नहीं, मम्मी है। ठीक है मम्मी जी। तू इत्थे रुक, मैं तेल ता चोलवा। क्यों, तेल चोलन नो साडी फस के चलदी है? तुसी भी ना। पैरी पैने पापा जी। जी आउंदी रह। होर पुत, घरे सब ठीक ठाक? ना हुण सारी इंटरव्यू दरा च ले लेगी कि अंदर भी लेके जाएगी? ना ना, अंदर भी चलदे हैं। आजा पुत। हां जी आजा पुत, आजा आजा जी। आया नहीं, तेरा अपना घर है। तुसी बैठो, मैं थोड़े वास्ते चाह लेके आनी है। चाह दी लोड़ नहीं मम्मी। कोई नहीं कोई नहीं पुत। लोड़ क्यों नहीं बल्ली, एदे बहाने मैनू भी घुट घुट मिल जूगी। देखो जी, बंदा असूल दा पक्का, पावे होवे चाह ते पावे होवे चू, पींदा दो घोटी। ए आ जी हैप्पी दे मामा कुक्कड़ सिंह जी। कुक्कड़ सिंह जी, तुहाडी होण वाली भाणजी नूं आ पैरी हथ लवाओ। सत श्री अकाल। ਓਏ ਬਿਜੂਆ, ਮੈਂ ਪੈਰੀ ਹੱਥ ਲਵਾਉਣ ਨੂੰ ਕਿਹਾ ਸੀ, ਨਾ ਕਿ ਲਾਉਣ ਨੂੰ। ਓ ਅੱਛਾ, ਪੈਰੀ ਪੈਨੇ ਮਾਮਾ ਜੀ। ਸਦਾ ਸਵਾਗਤ ਰਹੋ, ਵਿਆਹ ਤੋਂ ਬਾਅਦ ਬਹਿ ਜਾਓ। ਰਾਤ ਦੀ ਖਾਸੀ ਆਵਾਜ਼ ਘੱਟ ਹੋਈ ਲੱਗਦੀ ਆ। ਇਹ ਤਾਂ ਉੱਪਰ ਵਾਲੇ ਦੀ ਕਿਰਪਾ ਪੁੱਤ, ਜਦੋਂ ਹੋਈ ਆਵਾਜ਼ ਹੀ ਹੋਈ ਆ, ਘਾਟ ਤਾਂ ਹੋਈ ਨੀ। ਉੱਪਰ ਅਸੀਂ ਜੋ ਰਹਿੰਦੇ ਹਾਂ। ਹੋਰ ਬੇਟੇ, ਮੰਮੀ ਨੂੰ ਲੈ ਆਉਣਾ ਸੀ? ਓ ਮੰਮੀ ਜੀ, ਬਸ ਲਿਆਉਣਾ ਸੀ ਪੁੱਤ ਆਪਦੀ ਮਾਮੀ ਨੂੰ। ਐਸ ਬਹਾਨੇ ਮਾਮੀ ਨਾਲ ਮਿਲਣੀ ਹੋ ਜਾਂਦੀ। ਓਏ ਮੂਰਖਾ, ਮੈਂ ਮੰਮੀ ਕਿਹਾ, ਮਾਮੀ ਨੀ। ਵੈਸੇ ਇਹ ਵੀ ਸੱਚਾ, ਮਿਲਣੀ ਦੇ ਟਾਈਮ ਤੇ ਇਹਨੇ ਕਿਤੇ ਲੱਭਣਾ? ਭਾਣਜੇ ਦੇ ਵਿਆਹ ਦਾ ਚਾਅ ਹੀ ਇੰਨਾ ਹੋਣਾ ਕਿ ਮਿਲਣੀ ਦੇ ਟਾਈਮ ਤੇ ਨਾਲੀ ਚ ਪਿਆ ਪਤਾ ਨੀ ਕਿਹਦੇ ਨਾਲ ਮਿਲਣੀ ਕਰਦਾ ਹੋਣਾ। ਐਵੇਂ ਨਾ ਮੇਰੇ ਵੀਰ ਨੂੰ ਤੰਗ ਕਰੀ ਜਾਓ। ਚਾਹ ਆ ਗਈ, ਲਓ ਚਾਹ ਪੀਓ। ਆਲੋ ਏ ਆਲੋ। ਮੰਮੀ, ਮੈਂ ਤੁਹਾਡੇ ਨਾਲ 5 ਮਿੰਟ ਬਹਿਣਾ ਸੀ ਤੇ ਤੁਸੀਂ ਉਹੀ ਟਾਈਮ ਚਾਹ ਬਣਾਉਣ ਨੂੰ ਲਾਤਾ। 5 ਮਿੰਟ ਕਿਉਂ ਪੁੱਤ, ਤੂੰ ਜਿੰਨਾ ਚਿਰ ਮਰਜ਼ੀ ਬੈਠ, ਤੇਰਾ ਆਪਣਾ ਘਰ ਆ। ਵੈਸੇ ਪੁੱਤ, ਕਹਿੰਦੇ ਹੁੰਦੇ ਨੇ ਵੀ ਕੁੜੀ ਆਪਣੇ ਸਹੁਰੇ ਘਰ ਪਹਿਲੀ ਵਾਰ ਪੈਰ ਵਿਆਹਲੇ ਦਿਨੇ ਪਾਉਂਦੀ ਹੁੰਦੀ ਹੈ। ਕਿਹੜੀ ਸਦੀ ਦੀਆਂ ਗੱਲਾਂ ਕਰ ਰਹੀ ਹੈ? ਪਤਾ ਸੀ ਮੈਨੂੰ ਇਸ ਗੱਲ ਦਾ, ਤਾਂ ਹੀ ਮੈਂ ਆਪਣੇ ਘਰਦਿਆਂ ਨੂੰ ਦੱਸ ਕੇ ਨਹੀਂ ਆਈ, ਪਰ ਗੱਲ ਹੀ ਇਹੋ ਜਿਹੀ ਸੀ, ਮੈਨੂੰ ਆਉਣਾ ਪਿਆ। ਹਾਏ ਰੱਬਾ, ਤੈਨੂੰ ਇੱਕੋ ਦਮ ਆਉਣਾ ਪਿਆ, ਪਰ ਇਹੋ ਜਿਹੀ ਕਿਹੜੀ ਗੱਲ ਸੀ? ਮੰਮੀ ਜੀ, ਹੈਪੀ ਮੈਨੂੰ ਰਿਸ਼ਤਾ ਤੋੜਨ ਵਾਸਤੇ ਕਹਿ ਰਹੇ ਸੀ। ਅੱਜ ਕੱਲ੍ਹ ਮੇਰੇ ਨਾਲ ਚੱਜ ਨਾਲ ਗੱਲ ਹੀ ਨਹੀਂ ਕਰਦੇ। ਕੱਲ੍ਹ ਤੇ ਉਹਨਾਂ ਨੇ ਮੈਨੂੰ ਸਾਫ਼ ਸਾਫ਼ ਕਹਿ ਦਿੱਤਾ ਮੈਂ ਤੇਰੇ ਨਾਲ ਵਿਆਹ ਨਹੀਂ ਕਰ ਸਕਦਾ। ਮੈਨੂੰ ਪਤਾ ਕਿਉਂ ਨਹੀਂ ਕਰ ਸਕਦਾ? ਭੈਣੇ, ਉਹ ਕਿਸੇ ਹੋਰ ਕੁੜੀ ਨੂੰ ਪਿਆਰ ਕਰਦਾ ਤੇ ਉਸੇ ਨਾਲ ਹੀ ਵਿਆਹ ਕਰਾਊਗਾ। ਉਹ ਚੁੱਡੂਆ, ਇਹ ਉਹੀ ਕੁੜੀ ਹੈ ਜਿਹਨੂੰ ਉਹ ਪਿਆਰ ਕਰਦਾ। ਤੋਦੇ ਇਹਦੇ ਬਾਰੇ ਗੱਲ ਕਰਦਾ ਸੀ ਉਹ। ਪੁੱਤ, ਤੂੰ ਚਿੰਤਾ ਨਾ ਕਰ, ਉਹਨੂੰ ਘਰੇ ਆਉਣ ਦੇ, ਮਿਲਣਾ ਉਹਦੀ ਖਬਰ। ਪਰ ਉਹ ਇਦਾਂ ਕਰ ਕਿਉਂ ਰਿਹਾ? ਪਤਾ ਨਹੀਂ ਕਿਉਂ ਕਰ ਰਹੇ ਨੇ। ਤੁਸੀਂ ਉਹਨਾਂ ਨਾਲ ਗੱਲ ਕਰ ਲਿਓ, ਮੈਂ ਨਹੀਂ ਚਾਹੁੰਦੀ ਕਿਸੇ ਵੀ ਵਜ੍ਹਾ ਕਰਕੇ ਸਾਡਾ ਇਹ ਰਿਸ਼ਤਾ ਖਰਾਬ ਹੋਵੇ। ਠੀਕ ਹੈ, ਮੈਂ ਚੱਲਦੀ ਹਾਂ। ਪੁੱਤ, ਇਦਾਂ ਰਿਸ਼ਤੇ ਟੁੱਟਦੇ ਹੁੰਦੇ ਨੇ? ਤੂੰ 2 ਮਿੰਟ ਬੈਠ, ਮੈਂ ਹੁਣੇ ਆਈ। ਲੈ ਦੱਸੋ, ਭੈਣ ਵੀ ਮੇਰੀ ਸਿਧਰੀ ਆ, 2 ਮਿੰਟਾਂ ਚ ਹੈਪੀ ਨੂੰ ਕਿੱਥੋਂ ਲੱਭ ਲੂ? ਯਾਰ, ਤੁਹਾਡਾ ਤਾਂ ਖਾਨਦਾਨ ਹੀ ਇਦਾਂ ਦਾ, ਮੈਨੂੰ ਨਹੀਂ ਲੱਭਿਆ। ਜੀਜਾ, ਕਿਉਂ ਨੂੰ ਸਾਹਮਣੇ ਬੇਇੱਜ਼ਤੀ ਕਰੀ ਜਾਂਦਾ? ਪਹਿਲੀ ਵਾਰੀ ਕੀਤੀ ਆ। ਆ ਗਈ।
ਲੈ ਪੁੱਤ ਬਾਹ ਕਰ। ਬਾਹ ਕਿਉਂ? ਹਾਂ ਤੂੰ ਬਾਹ ਕਰ। ਪੈਣਿਆ ਬੇਬੇ ਵਾਲੇ ਕੰਗਣ ਨੀ? ਹਾਂ ਇਹ ਮੇਰੀ ਮਾਂ ਨੇ ਮੈਨੂੰ ਮੇਰੇ ਵਿਆਹ ਤੇ ਦਿੱਤੇ ਸੀ ਤੇ ਅੱਜ ਤੋਂ ਬਾਅਦ ਇਹ ਤੇਰੇ ਹੋ ਗਏ। ਮੰਮਾ ਜੀ ਰਹਿਣ ਦਿੰਦੇ, ਇਹਦੀ ਕੀ ਲੋੜ ਸੀ? ਪੁੱਤੇ ਸ਼ਗਨਾਂ ਦੀ ਚੀਜ਼ ਹੈ, ਮਨਾ ਨਹੀਂ ਕਰੀ ਦੀ ਹੁੰਦੀ। ਠੀਕ ਹੈ, ਨਾਲੇ ਤੂੰ ਮੇਰੇ ਘਰੇ ਪਹਿਲੀ ਵਾਰ ਆਈ, ਮੈਂ ਤੈਨੂੰ ਖਾਲੀ ਥੋੜੇ ਤੋੜ ਦਿੰਦੀ। ਥੈਂਕ ਯੂ ਮੰਮੀ ਜੀ। ਠੀਕ ਹੈ ਮੰਮੀ ਜੀ, ਹੁਣ ਮੈਂ ਚੱਲਦੀ ਹਾਂ। ਠੀਕ ਹੈ ਪੁੱਤ, ਜਿਉਂਦੀ ਵਸਦੀ ਰਹਿ। ਜਿਉਂਦੀ ਰਹਿ। ਸਿੰਮੀ ਇਹ ਕੀ? ਇਹ ਮੈਨੂੰ ਮੰਮੀ ਨੇ ਦਿੱਤੇ ਨੇ। ਇਹ ਤੂੰ ਕੀ ਕਹਿ ਰਹੀ ਹੈ? ਮੈਂ ਠੀਕ ਕਹਿ ਰਹੀ ਹਾਂ, ਮੈਂ ਹੈਪੀ ਦੇ ਘਰ ਗਈ ਸੀ। ਤੁਹਾਨੂੰ ਤੇ ਪਤਾ ਹੀ ਹੈ ਉਹ ਕਿੰਨੇ ਦਿਨਾਂ ਦੀ ਮੇਰੇ ਨਾਲ ਚੱਜ ਨਾਲ ਗੱਲ ਨਹੀਂ ਕਰ ਰਿਹਾ ਸੀ। ਸਿੰਮੀ ਇਹ ਤੂੰ ਬਹੁਤ ਗਲਤ ਕੀਤਾ, ਜੇ ਤੇਰੇ ਪਾਪਾ ਨੂੰ ਪਤਾ ਲੱਗ ਗਿਆ ਤਾਂ। ਵਾਹ ਵਾਹ ਸਿੰਮੀ ਵਾਹ, ਬਹੁਤ ਵਧੀਆ ਕੀਤਾ ਤੂੰ, ਮੈਨੂੰ ਤੇਰੇ ਤੋਂ ਇਹੋ ਉਮੀਦ ਸੀ। ਪਾਪਾ ਇਹ ਕਿਉਂ ਕਹਿ ਰਹੇ ਹੋ ਤੁਸੀਂ? ਜਦ ਤੈਨੂੰ ਪਤਾ ਸੀ ਕਿ ਮੈਂ ਇਸ ਰਿਸ਼ਤੇ ਦੇ ਹੱਕ ਵਿੱਚ ਨਹੀਂ ਹਾਂ, ਤਾਂ ਵੀ ਤੂੰ ਉਹਨਾਂ ਦੇ ਘਰੇ ਚਲੀ ਗਈ? ਨਾ ਤੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਲੋਕਾਂ ਵਿੱਚ ਤੇਰੇ ਪਿਓ ਦੀ ਬਦਨਾਮੀ ਹੁੰਦੀ ਹੈ? ਪਾਪਾ ਏਦਾਂ ਨਾ ਕਹੋ, ਉਸ 'ਚ ਹੈਪੀ ਦਾ ਕੀ ਕਸੂਰ ਹੈ? ਗਲਤੀ ਤੇ ਉਹਨਾਂ ਦੇ ਪਾਪਾ ਤੋਂ ਹੋਈ ਹੈ ਨਾ, ਤੇ ਉਸ ਦੀ ਸਜ਼ਾ ਸਾਨੂੰ ਕਿਉਂ? ਨਾ ਦਰਅਸਲ ਗਲਤੀ ਮੇਰੀ ਸੀ, ਮੇਰੀ ਗਲਤੀ ਸੀ ਜੋ ਮੈਂ ਤੈਨੂੰ ਇੰਨਾ ਪਿਆਰ ਦਿੱਤਾ। ਇਹ ਸਿਲਾ ਦਿੱਤਾ ਤੂੰ ਤੇਰੇ ਪਾਪਾ ਦੇ ਲਾਡ ਪਿਆਰ ਦਾ? ਪਲੀਜ਼ ਪਾਪਾ ਏਦਾਂ ਨਾ ਬੋਲੋ। ਬਸ ਬਹੁਤ ਹੋ ਗਿਆ ਮੰਮੀ। ਸਿੰਮੀ ਠੀਕ ਕਹਿ ਰਹੀ ਹੈ, ਹੈਪੀ ਬਹੁਤ ਚੰਗਾ ਮੁੰਡਾ ਹੈ ਤੇ ਉਹ ਆਪਣੀ ਸਿੰਮੀ ਦਾ ਬਹੁਤ ਧਿਆਨ ਰੱਖੇਗਾ। ਕੁਲਜੀਤ ਤੂੰ ਇਹਨਾਂ ਦੇ ਪਿਆਰ ਚ ਅੰਨੀ ਹੋ ਗਈ ਹੈ, ਪਰ ਮੈਂ ਨਹੀਂ। ਇਹ ਰਿਸ਼ਤਾ ਕਦੇ ਨਹੀਂ ਹੋ ਸਕਦਾ। ਪਾਪਾ ਏਦਾਂ ਨਾ ਕਹੋ। ਠੀਕ ਹੈ, ਅਸੀਂ ਉਹਨਾਂ ਨੂੰ ਸਿੰਮੀ ਦਾ ਰਿਸ਼ਤਾ ਨਹੀਂ ਦਵਾਂਗੇ, ਪਰ ਘੱਟੋ ਘੱਟ ਅਸੀਂ ਉਹਨਾਂ ਨੂੰ ਕੁਝ ਸਮਾਂ ਤਾਂ ਦੇ ਸਕਦੇ ਹਾਂ ਨਾ। ਮਤਲਬ? ਮਤਲਬ ਇਹ ਕਿ ਤੁਸੀਂ ਅਜੇ ਸਿੰਮੀ ਦੇ ਵਿਆਹ ਦੀ ਗੱਲ ਕਿਤੇ ਹੋਰ ਨਾ ਕਰੋ, ਬਾਕੀ ਅੱਗੇ ਜੋ ਵਾਹਿਗੁਰੂ ਕਰੇਗਾ ਠੀਕ ਹੀ ਕਰੇਗਾ। ਮੰਮੀ ਤੂੰ ਫਿਕਰ ਨਾ ਕਰ, ਮੈਂ ਸਮਝਾਉਂਗੀ ਉਹਨਾਂ ਨੂੰ। ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਅੱਜ ਇਕੱਲੇ ਆਏ ਹੋ? ਭਾਈ ਸਾਹਿਬ ਨਹੀਂ ਆਏ? ਨਹੀਂ ਉਹ ਘਰ ਨੇ। ਹਾਂਜੀ। ਹਾਂ ਹਾਂ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਸੀ, ਉਹ ਆਪਣੇ ਕਿਸੇ ਫਰੈਂਡ ਦੇ ਘਰੇ ਨੇ। ਤੁਸੀਂ ਇਦਾਂ ਕਰੋ ਮੈਨੂੰ ਸੈਟਾਂ ਦੇ ਵਧੀਆ ਜਿਹੇ ਡਿਜ਼ਾਈਨ ਦਿਖਾਓ। ਹਾਂਜੀ ਜ਼ਰੂਰ। ਦਿਨੇਸ਼ ਆਫੜਾਈ ਆਹ ਦੇਖੋ ਮੈਡਮ ਜੀ। ਨਹੀਂ ਨਹੀਂ ਇਹਦੇ ਨਾਲ ਦੇ ਤਾਂ ਮੇਰੇ ਕੋਲ 4-5 ਪਹਿਲਾਂ ਹੀ ਘਰੇ ਬਣੇ ਪਏ ਨੇ। ਕੋਈ ਨਹੀਂ ਹੋਰ ਦਿਖਾਉਣਾ। ਆਹ ਦੇਖੋ ਇਹ ਤੁਹਾਡੇ ਪਾਇਆ ਬਹੁਤ ਸੋਹਣਾ ਲੱਗੂਗਾ, ਨਾਲੇ ਇਹ ਅੱਜ ਕੱਲ੍ਹ ਦਾ ਲੇਟੈਸਟ ਡਿਜ਼ਾਈਨ ਆ। ਨਹੀਂ 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 ਕੋਈ ਹੋਰ ਲੇਟੈਸਟ ਦਿਖਾਓ ਨਾ। ਨਾ ਆਹ ਤਾਂ ਮੈਡਮ ਜੀ ਤੁਹਾਨੂੰ ਜ਼ਰੂਰ ਪਸੰਦ ਆਊਗਾ, ਇਸ ਦੀ ਤਾਂ ਮਾਰਕੀਟ ਵਿੱਚ ਡਿਮਾਂਡ ਹੀ ਬਹੁਤ ਆ। ਹਾਂ ਇਹ ਸੋਹਣਾ, ਇਹ ਭਲਾ ਕਿੰਨੇ ਕੁ ਤੋਲੇ ਦਾ ਹੋਣਾ? ਮੈਡਮ ਜੀ ਇਹ ਘੱਟੋ ਘੱਟ 2.5 ਲੱਖ ਦਾ ਬਣੂਗਾ। ਚਲੋ ਠੀਕ ਹੈ, ਇਹਦੇ ਨਾਲ ਦੇ 2 ਬਣਾ ਦਿਓ, ਇੱਕ ਮੇਰੇ ਵਾਸਤੇ ਇੱਕ ਹੈਪੀ ਦੀ ਬੋਟੀ ਵਾਸਤੇ, ਅਸੀਂ ਵਿਆਹ ਤੇ ਦੋਨੇ ਸੱਸ ਨੂੰ ਇਕੱਠੇ ਪਾਵਾਂਗੀਆਂ, ਸੇਮ ਟੂ ਸੇਮ। ਅੱਛਾ ਭਾਜੀ ਤੁਹਾਨੂੰ ਕਿੰਨੇ ਕੁ ਪੈਸੇ ਐਡਵਾਂਸ ਦੇ ਦਵਾਂ? ਮੈਡਮ ਜੀ ਤੁਸੀਂ ਕਿਹੜਾ ਪਹਿਲੀ ਵਾਰ ਆਏ ਹੋ, ਜਦੋਂ ਸੈੱਟ ਲੈਣ ਆਓਗੇ ਉਦੋਂ ਪੈਸੇ ਆ ਜਾਣਗੇ। ਚਲੋ ਠੀਕ ਹੈ ਜੀ, ਪਰ ਤੁਸੀਂ ਸੈੱਟ ਟਾਈਮਲੀ ਤਿਆਰ ਕਰ ਦਿਓ ਪਲੀਜ਼। ਬਸ ਤੁਹਾਨੂੰ ਹਫ਼ਤੇ ਤੱਕ ਮਿਲ ਜਾਣਾ ਜੀ। ਚਲੋ ਠੀਕ ਹੈ ਜੀ। ਠੀਕ ਹੈ ਭੈਣ ਜੀ। ਆ ਵੀ ਸੋਹਣਾ ਲੱਗਦਾ ਹੈ, ਹੋਰ ਦਿਖਾਓ ਭਾਜੀ। ਮੈਡਮ ਜੀ ਇਸਦਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ। ਪ੍ਰੀਤਮ ਨੂੰ ਫੋਨ ਮਿਲਾਨੀ ਆ। ਆ ਲਓ ਭਾਜੀ ਆ ਤੁਸੀਂ ਸਾਰੇ ਪੈਕ ਕਰ ਦਿਓ। ਆ ਵੀ ਪੈਕ ਕਰਨਾ? ਆ ਜਾਓ ਇੱਧਰ ਆ ਜਾਓ। ਹਾਂਜੀ ਮੈਡਮ ਜੀ। ਆ ਨੌ ਕਰ ਦਿਓ। ਠੀਕ ਹੈ ਮੈਡਮ ਜੀ। ਆ ਚਲੋ ਆ ਵੀ ਕਰ ਦਿਓ। ਹਾਂਜੀ ਹੈਲੋ ਮੰਮੀ ਜੀ। ਕੀ ਕਰੀ ਜਾਨੀ ਹੈ? ਮੈਂ ਮਾਰਕੀਟ ਆਈ ਹੋਈ ਸੀ ਮੰਮੀ ਸ਼ਾਪਿੰਗ ਕਰਨ ਵਾਸਤੇ। ਕੀ ਖਰੀਦਦਾਰੀ ਕਰ ਰਹੀ ਹੈ? ਮੰਮੀ ਮੈਂ ਅੱਜ ਬਹੁਤ ਸੋਹਣੇ 9 ਸੂਟ ਤੇ 3 ਸਾੜੀਆਂ ਲਈਆਂ ਨੇ। ਇੱਕ ਦੇ ਵਿੱਚ ਤਾਂ ਨਾ ਜਰੀ ਤੇ ਗੋਟੇ ਦਾ ਵਰਕ ਹੋਇਆ ਹੈ, ਵਿੱਚ ਜਰਕਨ ਲੱਗੀ ਹੋਈ ਹੈ।
तेरे को इनिया साड़ियां ते हैगियां पहले ही। ओ ते हले तक तू पाईयां नी। होर खर्चा करन दी की लोड़ सी? ला मम्मी जी, ओ तो पुराने रिवाज दे हो गए, ओ कोई पौंदा हुण? ओ तां मैं देण लेण वास्ते रख ले। देख पुत्तर, मैं तेनूं किवें समझावां? शेर सिंह हजे तक सस्पेंड है। पैसे नूं संभाल के रख। बिना गल तो खर्चे ना कर। पैसे औखे वेले काम आउंदे ने, समझ रही है? मम्मी जी, मैनूं अज तक ना तां इन्हां ने रोकिया, ना ही पापा जी ने। मेरे सारे शौक पूरे कीते ने, इक तुसीं होई हो बस, हमेशा टोका टाकी करदे रहिंदे हो मैनूं। देख पुत्तर, मैं तेरी मां वां। जे तू इदां ही पैसा उड़ांदी रही ना, ते इक दिन सारे पैसे खत्म हो जाने ने। अजे ते आपां हैप्पी दा विआह वी ते करना है ना, जे रब ना करे। शेर सिंह नूं वापस नौकरी ना मिली ते पैसे कित्थों आउणगे? सोची जरूर पुत्त इस गल ते, जो मैं तैनूं कह रही आं। तुसीं ठीक कहने हो, चंगा होया तुसीं मैनूं याद करवाता। मैं सब कुछ भुल गई सी। ठीक है मम्मी जी। ठीक है, आ थोड़े सूट पैक करते। पाजी रहन दो, मैं कुछ नहीं लेके जाना जी। की गल होगी मैडम जी? ठीक है पाजी। वाहेगुरु वाहेगुरु वाहेगुरु, मेहर करी दाता तंदुरुस्ती बख्शी, सिर ते हथ रखी। वाहेगुरु। की गल है? मैं थोड़े नाल गल करना चाहुंदी सी। अज शेर सिंह नू सस्पेंड होए एक महीना हो गया। ते फिर? उन्हें अपने किते दी सजा पाते लई है, प्लीज हुण ते उन्नू माफ कर दियो। तू ओदी सिफारिश लेके आई है मेरे कोल? नहीं जी नहीं, मैं ओदी सिफारिश लेके नहीं आई। मैं बड़ा सोच समझ के कह रही हां। की कह रही है सोच समझ के? मेरी हुणी हुण प्रीतम नाल गल होई सी, ओ बाजार विच शॉपिंग करदी पई सी। ते इहदे साडी धी दी की गलती है? गलती तां शेर सिंह ने कीती है, ओ एसएसपी दी कुड़ी आ, उहनूं पूरा हक है जो मर्जी करे। तुसीं समझदे क्यों नहीं? एक बारी सोचो, शेर सिंह ने कदी भी साडी धी दा हाथ नहीं कुटिया, भावें वह जिन्ना मर्जी खर्चा करी जावे। अज शेर ते बुरा समय चल रहा, फिर भी साडी धी नूं तो खुश रख रहा ना। मैं पता की कहना चाहुंदी हाँ, मैं ये चाहुंदी हाँ कि सारी दुनिया अपने बच्चों बारे सोचती है, तुसीं भी एक बारी अपने बच्चों बारे सोचो, दोबारा खुशियां उन्हां दे घर विच आ जाणगियां। मैं जानती हाँ कि तुसीं असूलां दे बहुत पक्के हो, पर इहो जिहे असूलां दा वी की फायदा जिहड़े अपने बच्चों का घर ही खराब कर देन। पर इहो जिहे असूलां दा वी की फायदा जिहड़े अपने बच्चों का घर ही खराब कर देन। जशनप्रीत किन्ना काम कर? कोई है? किथे मर गए सारे? मैं तां घरे वी नहीं दस के आया वी टीचरां करनगे, भी हुण करनियां पईआं ना पापा दीआं मिहनतां। चलो गांव वेले तां लोक गधे नूं भी प्यो बना लैंदे आ, इह तां सुख नाल फिर मेरी घरवाली दा सका प्यो आ। पापा 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 जी, जमा जी नहीं करदा जी कहण नूं। शेर सिंह आ जाओ, मैं इधर हां। इह आवाज़ तां बुढ़ी दी। मम्मा इत्थे बैठी हाँ मैं। दिल तो नहीं करता पैण नूं, पर पै ही जाना। की क्या पैरी पैना मोम? जिंदा रह, वड्डियां उमरां मानो। की करना वड्डियां उमरां तो, सस्पेंशन च दिन तो मेरा एक नहीं लंघदा। चल छड, बैठ बैठ। एक ने कुर्सी खोली, एक दे रही है। पुत शेर बनी दा? कादे शेर, हुण तां नां दे शेर रह गए। हालत तां मेरी धोबी दे कुत्ते वाली होई पई है, ना करदा ना काड़दा। घरे थोड़ी धी नहीं जीण दिंदी, बाहर थोड़ा घर वाला। मैं भी की कर सकदी आ पुत्तर? करन नूं तां बहुत कुछ कर सकदे हो, अपने कम्मां लई पापा नूं कन्विंस कर सकदे हो, मेरे केस लई नहीं। तू ते अपने पापा दे सुभाअ नूं जानदा ना, असूलां दे किन्ने पक्के ने। सारा मैं कमां, उहनां दी इमानदारी दीआं सौआं खांदा है। हुण तूं आप ही दस, मैं किहड़े मूंह नाल कह देवां कि अपने रिश्वतखोर जवाई नूं बहाल कर दिओ है। मैं ਤਾਂ ਵਕੀਲ ਨੂੰ ਰੋਂਦਾ ਸੀ, ਇੱਥੇ ਤਾਂ ਉਹਦਾ ਮੁਨਸ਼ੀ ਨਹੀਂ ਮਾਣ। ਕਾਕਾ ਡਿਜ਼ਰਵ ਤਾਂ ਤੂੰ ਮੁਨਸ਼ੀ ਲੱਗਣਾ ਵੀ ਨਹੀਂ ਕਰਦਾ। ਫੁੱਟਫਿਸ਼ ਕਰਦਾ ਪਾਪਾ। ਆ ਮੈਂ ਚਾਹ ਲਿਆਉਣੀ ਆ। ਕੋਈ ਲੋੜ ਨਹੀਂ ਚਾਹ ਦੀ, ਕਾਫੀ ਲੈ। ਕੀ ਕਰਨਾ ਹੈ ਇੱਥੇ? ਪਾਪਾ ਮੈਂ ਤੁਹਾਡਾ ਹਾਲ ਚਾਲ ਪੁੱਛਣਾ ਹੈ। ਕਿਉਂ ਮੈਨੂੰ ਗੱਠਿਆ ਹੋਇਆ?
मेरा हाल भी ठीक है तो मेरी चाल भी ठीक है। चलो शाबाश, चलो चलो। सस्पेंडेड कर्मचारी लिए मेरे घर कोई था नहीं। चलो मनिया मेरे लिए तो कोई था नहीं, पर थोड़ी जी थां अपनी धी ले जरूर बचा के रखियो, क्योंकि अज तो बाद ओनू भी मेरे वालों सस्पेंडेड ही समझियो। बंदा देवे भैन देवे तो ठेदार नू देवे कि दे मठियों कि दे दालां कि दे पुरिया बन। ओ मामा किवें आ? आ बन जाओ, की बने तेरी प्रमोशन दा भी? ओ मामा अजे तां सिलेक्शन भी नहीं हुई, प्रमोशन कित्थे होजू? आपे होजूगी, तू आल पैक जा। ना मामा मैं नहीं मिलना। तेरा तां लाई जांदा सी ओए। मैं? मामा मैनू घरों ना कढवा दियो। क्यों? ओ मैं ब्लैक कॉफी पी रहा सी। ग्लास च? मैं क्या कितने तू चोरी पी जाना अपने पापे दे डरदा। आ गया पुत्र। पैरी पैना मम्मी जी। खुश रहो, रोटी लियावा तेरे वास्ते। रोटी पालो मम्मी जी। ठीक है मम्मा जी, तुसी रोटी खा ली? तड़के दा पुत बथेरा को चरी जाना, तुसी दोवे खा लो, नाले तुसी गल्ला मत्ता मारो, ते मैं जाना कमरे, मैं करता विश्राम। वीरे बस कर, होर ना पी, तेनू आदत पै जूगी। हफ्ते च 7 दिन तो मैं पीना, आदत पै जूगी। हद होई पई है, बंदा थानेदार नू आउंदी भैन भी ना देवे। ओ हौली हौली मामा हौली। देख देख अरे तो लुकोई भी पीनी है। हटदा नहीं, हट जूंगा। पुत मेनू बहुत खुशी हुंदी है जब तेनू देखदी हां मेहनत करदी नू। जी मम्मी जी। सच अज सिम्मी आई सी अपने घरे। ओ की करना आई सी? पुत ऐ नहीं बोली दा हुंदा, ओ मेरी होण वाली नूं है। नहीं मम्मी जी, मैनू अपनी लाइफ च इदां दे बंदे बिल्कुल नहीं चाहिए जेडे माड़ा टाइम देख के पिछे हट जान। ले ओ तां कहंदी सी तूं जवाब दित्ता ओनू, ओने नहीं, ओ तां अज वी तेरे नाल खड़ी है, तेनू प्यार करदी है, तेरे नाल रहना चाहुंदी है, तेनू खुश देखना चाहुंदी है। मैनू नहीं लगदा वी सिमी तो बाद तेनू होर कोई कुड़ी लभ जूगी प्यार करन वाली। डैडी जी कित्थे ने मम्मी जी? तेरे नाना जी कोल गए ने, बस आउंदे ही होने ने। डैडी जी बहुत परेशान ने ना अपनी नौकरी जान करके। कोई नहीं पुत, हौली हौली सब कुछ ठीक हो जूगा। हाय कुंडा खोल बसंतरिये, नी तेरा ढोल सिपाही आया। सिपाही आया फिट मुंह तेरे। हाय कुंडा खोल प्रीतम कुरे, नी तेरा शेर सिंह सचो आया। हाय कुंडा खोल प्रीतो, नी तेरा ठंडदार माइया आया। हाय हाय की होया, बड़े खुश लग रहे हो। देखदा नहीं मोड़ियां ते सितारे द्वारा वापस आ गए। सच्ची तुसी बहाल हो गए? हां यस, ठाणेदार शेर सिंह ठाणा सदर शेरवाला गेट पटियाला। पर डैडी जी चमत्कार होया किदा? सब करतार दे रंग ने। नाना जी दा नाम तां अवतार सिंह गिल्ला, तुसी करतार सिंह कही जांदे हो? ओए कण चक्कर जी, मेरा मतलब ऊपर वाले ने थोड़े नाना जी दा हाथ फड़ के मेरे रीइंस्टेट ऑर्डरां ते साइन करवाए ने। की गल, सीधे सीधे मेरे बाप दा थैंक्स करदे थोड़ी जीव नू बल पैंदा? क्यों कोई आसान करता तेरे प्यो ने मैनू बहाल करके? सस्पेंड भी तो उन्हें किया सी। ओ शुक्र करो टर्मिनेट नहीं किया सी। तो टर्मिनेट करनू मैं उन्होंने कुड़ी कट के ले गया, होटा उन्होंने दी धी मैनू लेके गई सी भजा के। क्यों जवाक दे सामने मेरा जलूस कढ़दे हो? ओ थोनू अपने जलूस दी पई आ, जलूस तां मेरा निकलिया पिया मेरे सहुरियां च, नाले कोई लोड़ नहीं अगे तो रिश्वत लैण दी। हौली बोल साले, दुबारा ना सस्पेंड करा दी। मैं तां हुण फैसला कर लिया। की? कि आउन ड्यूटी मैं किसे साले तों पैसे नहीं फड़िया करने। देखो जी जदों तक पापा जी रिटायर नहीं हुंदे तुसीं बुल्ले वड्डो। पर मैनू एक गलती समझ नहीं आई, पापा जी ने प्रेस सामने स्टेटमेंट किवें देती के रिश्वत लेंदे दी जेड़ी वीडियो बनी आ वो फेक आ? की गल पुत, अज एकदम अचानक ही बिना दसे? बस पापा जी मैं ओही गल करन आई हां तुहाडे नाल।
बेटा वो तो मैं तेनू पहले ही कह चुका सी, जो वीडियो अगे कि चली गई तो मैं कुछ नहीं कर सकांगा। और वो वीडियो अगे साहब को चली गई है, हुण कुछ नहीं हो सकता बेटा। इंज ना कहो पापा जी, मैं तो इन्हां दा दुख देखिया नहीं जांदा। बेटा गलती कीती है तां हुण ओह भुगतनी तां पैणी है। दरअसल पापा जी, मेरियां ही ख्वाहिशां वधदियां जा रहियां सी, मैं ही इन्हां नूं मजबूर करदी सी। यह सारा कुछ मेरे करके ही होया, मैनू नहीं सी पता भी यह गल इन्नी बढ़ जाऊगी। बेटा ये गल तेनू पहला सोचनी चाहिए सी, हुण तां गल वध गई है। पापा जी, मैं तुहानू यकीन दवानी है भी इहो जी गलती अगे वास्ते कदे नहीं होगी, ना मेरे वल्लों ना इन्हां वल्लों। ये अपनी नौकरी नूं बहुत प्यार करदे ने, ये अपनी वर्दी नूं बहुत प्यार करदे ने। पापा जी प्लीज इन्हां नूं दोबारा नौकरी ते लै लो। ठीक है पुत, मैं कोशिश कर रहा, देखते हैं की हो सकता। बाकी सब कुछ तो उस मालिक दे हाथ है, तू देख ही लिया के एक गलती की वजह ना घर का माहौल किस तरह खराब हो जाता है। सानू हर उस रंग विच राजी रहना चाहिए जिस विच मालिक रखता है सानू। जे गल तू पहला सोची होंगी ना तो अजे दिन ना देखना पैंदा। तुसी ठीक कह रहे हो पापा जी। मैं आई जी साहब ना मीटिंग कर दूं, उन्हां नूं रिक्वेस्ट कर दूं, जे वो मन गए तो ठीक है, नहीं तो फिर शेर सिंह नूं सस्पेंड होने तो कोई नहीं रोक सकता। हिम्मत रख, मालिक साहब ठीक करेगा। चुप कर। लो जी, जिन्हें धी देती उन्हें स्टेटमेंट देनी कितनी कोखी है। साला मेरे बहाल होने की किसी कोई खुशी है नहीं, कित्थे मर गया मेरे दुख सुख का साथी, कुकड़ जिया कित्थे आ। थोड़ा जोर ना कोटे, जान है नहीं हथा च। हाँ जी हाँ जी। हाँ पुत। थैंक यू डैडी जी, थैंक यू। तेनू की लग्या सी मैं अपनी धी दा घर खराब करूंगा? सर गुड मॉर्निंग। अवतार सिंह, एड्डी कड़ी जरूरी गल सी जेड़ी आपां टेलीफोन ते नहीं कर सकते सी, होर तुहानू आप इत्थे चल के आना पया। सर गल ये है कि शेर सिंह दी गलती ने घर दा सारा माहौल खराब करके रख्या है। तू कहना की चाहना? मैं उहदे कीते दी सजा भी उहनू दे चुक्या, वो बार बार सोहां भी खाई जा रहा कि अगे तो ऐसी गलती नहीं करेगा। मैं समझ गया तू की कहना चाहना है। तैनू पता है अवतार सिंह, सिर्फ तेरी दोस्ती करके मैं मीडिया दे प्रेशर होने के बावजूद भी उन्हां नाल वीडियो शेयर नहीं की। थैंक यू सर। मैं तुहाडा एहसान जिंदगी भर याद रखांगा। सर तुसी मेरे नाल नाल मेरे परिवार की भी इज्जत रख ली सर। मैं तुहानू विश्वास दिलाना कि शेर सिंह अगे तो ऐसी गलती नहीं करेगा। जे तू गरंटी लैना तो उन्हें एक होर मौका दिता जा सकता है, उन्हें कहो कल तो ड्यूटी ज्वाइन कर लवे। थैंक यू सर, थैंक यू वेरी मच, थैंक यू। पुत रब ने दोबारा मौका दिता है। शेर सिंह नु कहीं भाई राजपूता ना नाम ना खराब करे। नहीं करदे डैडी जी, ते ना ही मैं करा। दरअसल ये सारा कुछ ना मेरे करके होया। चल चंगी गल है, तेनु अपनी गलती दा एहसास हो गया। अच्छा होर दस, हैप्पी दे व्याह दी तैयारियां शुरू हो गईयां? हुण तां रौनकां लगियां होणियां पूरियां घर च।
हां जी पूरियां तैयारियां चल रही ने, तुसी भी आजो। मैं तेरी मां नु लेके आऊं ना दो चार दिन नु है। हां जी आजो आजो डरी जी। चंगा फोन रख दा। ओके बाय। ओए तैनू की तकलीफ होगी, तू क्यों हट गया? तुसी किदे ब्याह दी गल कर रहे सीगे जी? तेरे मामे दे मुंडे दी। मामे दे मुंडे दे तां पहले ही दो मुंडे ने जी, थोनू की लोड़ है नाले ओदा दोबारा ब्याह करान दी जी? तुसी सारे दे ब्याह बारे सोची जन्ने, मेरे ब्याह बारे कोई सोचदा ही नहीं हैगा। चल ठीक है, हैप्पी दे ब्याह दो मगरों तेरा ब्याह करा देने। ले हुण तां जी मैं सारे पिंड दीआं लत्तां घुट दूंगा जी। चल चल घुट फिर घुट फिर। भैन जी कुलजीत तू कुकड़ा तू तू इत्थे की करदा है? इत्थे करदी आ कुकड़ा, तू इत्थे करना है? किते सपना ता नहीं वेखदा है? तेरे चुंडी फट के वेख। परा मर की लक्षण करदा, तू कर की आया इत्थे? तू ता मेनू स्कूल दे दिन याद कराते, गठ लम्मी तान रेशमी वाल तेरी मोरा वर्गी तोर। ते तेरे जुत्ती वरी सी जड़ी ओ भुल गया? जे कोई काम है ता दस, नहीं ता तुरदा हो इत्थों। मैं किवें तुरदा हो जावां? मैं ता रिश्ता लैणा है, रिश्ता लेके जाऊंगा। वे तेनू शर्म नहीं आउंदी? व्याही होई आ हुण मैं, बच्चा भी है एक मेरे। एक तू हां ता कर लैन ला देंगे जवाकां दी आपां। की पौंकी जाना, लावा जुत्ती फिर। मैं ओ ओ हैप्पी दे रिश्ते बारे आया। हैप्पी? हां हैप्पी तेरा की लगदा? हैप्पी मेरा मामा लगदा। की? नहीं मामा नहीं, मैं हैप्पी दा मामा लगदा कुलजीत। अच्छा कौन है कुलजीत? ओ जी हैप्पी दे मामा जी आए। अच्छा अच्छा, ये बाहर क्यों खड़े ने? इन्हां नूं अंदर ले आओ। आजा मर्चा। आजो आजो। सत श्री अकाल जी। पाजी आओ। तुसी भी चलो, मैं चाह लेके आई। दसो की गल, बेटी नजर नहीं आ रही? वो अपनी सहेलियां दे नाल बाहर गई है, हुणे आ जाएगी थोड़ी देर च। बस आही गल है जी, जिन्ने कर दे जी, सारयां नूं आपो अपने काम है जी। हाँ। मैं कह जी थोनू काम है तां मैं बैठा कर लो काम, मैं कुलजीत नाल गल कर लूंगा। नहीं नहीं कोई गल नहीं, तुसी गल करो जिहड़ी करन वास्ते आए हो। नहीं जी हुण तां रिश्तेदारी पै जाणी आ, आ गल्लां बातां हुंदियां रहणगियां। रिश्तेदारी? मैं समझिया नहीं। मेरा जीजा जी नौकरी तो बहाल हो गया। चलो ये तो बड़ी वधिया गल हो गई। हाँ जी तो तुसी हुण समझ ही गए होंगे कि मैं इत्थे क्यों आया। हुण जी तुसी हैप्पी दी व्याह दी तैयारी करो, हैप्पी नूं आपदा प्यार मिल गया ते शायद कुक्कड़ नूं भी उहदा खोया होया प्यार मिल जे। कुक्कड़? ते मेरा नाम सरदार कुकड़ सिंह गिल जी। लो बच्चो लो। थैंक यू अंकल। तुसी भी लो। शाबाश। ये किस खुशी च ने? साडे अफसर बहाल होए आ। अच्छा जी। उन्हां दी खुशी च। हां जी तुसी भी लो। जनाब तुहाडे बहाल होण दी खुशी च सारे शहर च लड्डू वंडते। कोई रहता नहीं गया, बस हलवाई रह गया।